ਸ਼ਰੀ ਪੰਜਾਬੀ ਆਮ 600 ਯਰ ਫੇਵਰੇਟ ਨਿਊਜ਼ ਟਾਕ ਸਟੇਸ਼ਨ ਤਾ ਦਸਾਨੀ ਉਨ ਦਾ ਪਿਆਰ ਭਰ ਪਿਆਰ ਭਰੀ ਸਦਕਾਰ ਬੜੀ ਸਸਰੀ ਗੱਲ ਕਰਦੀ ਆ ਵੈਲਕਮ ਟੂ ਦ ਸ਼ੋਅ ਮੈਂ ਹਾਂ ਤੁਹਾਡੀ ਆਪਣੀ ਸੁਖੀ ਤੇ ਸਟੂਡੀਓ ਦੇ ਕਲਾਕਸ ਦੇਤੇ 1:14 ਮਿੰਟ ਹੋ ਗਏ ਜੀ ਤੁਹਾਡਾ ਤੇ ਮੇਰਾ ਸਾਥ ਅੱਜ ਪੂਰੇ 3 ਵਜੇ ਤੱਕ ਰਹਿਣਾ ਆ ਸੋ ਉਮੀਦ ਕਰਦੀ ਆ ਤੁਹਾਡਾ ਸਾਰਿਆਂ ਦਾ ਲੌਂਗ ਵੀਕਐਂਡ ਬਹੁਤ ਵਧੀਆ ਨੰਗਿਆ ਹੋਗਾ ਆਨੰਦ ਆਇਆ ਹੋਗਾ ਥੈਂਕਸ ਗੀਵਿੰਗ ਯੂਰ ਆਰ ਟੂ ਸੀ ਆਪਣੇ ਫੈਮਲੀਆਂ ਸਨ ਆਰ ਬੋਸ ਸੋਨਾ ਟਾਈਮ ਜਿਹੜਾ ਬਤੀਤ ਕੀਤਾ ਹੋਗਾ ਸੋ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਵਾਸਤੇ ਅੱਜ ਇੱਕ ਇਨਫੋਰਮੇਟਿ ਆਇਆ ਤੇ ਅੱਜ ਟਿਊਜ਼ਡੇ ਆ ਟਿਊਜ਼ਡੇ ਦਾ ਮਤਲਬ ਹੈਗਾ ਕਿ ਆਪਾਂ ਜਿਹੜਾ ਮਾਰਕੀਟਪਲੇਸ ਆ ਦੈਟਸ ਰਾਈਟ ਦੂਜੇ ਹਿੱਸੇ ਦੇ ਵਿੱਚ ਜਿਹੜਾ ਰੇਡੀਓ ਮਾਰਕੀਟਪਲੇਸ ਆ ਉਹ ਆਪਾਂ ਸ਼ੁਰੂ ਕਰਾਂਗੇ ਅਰਾਊਂਡ 2:00 ਸੋ ਜੇ ਤੁਹਾਡੇ ਕੋਲ ਕੋਈ ਅਕਾਮੋਡੇਸ਼ਨਸ ਹੈਗੀਆਂ ਕੋਈ ਜੌਬਸ ਹੈਗੀਆਂ ਜਾਂ ਤੁਸੀਂ ਜੌਬ ਦੇ ਪਾਲ ਦੇ ਵਿੱਚ ਹੈਗੇ ਗੱਡੀ ਵੇਚ ਰਹੇ ਆ ਖਰੀਦਣ ਨੂੰ ਫਿਰਦੇ ਆ ਤੁਸੀਂ ਜ਼ਰੂਰ ਸਾਨੂੰ ਕਾਲ ਕਰ ਸਕਦੇ ਹੋ 604 204 0600 ਆਲਟਰਨੇਟਿਵਲੀ ਤੁਸੀਂ WhatsApp ਤੇ ਵੀ ਸਾਨੂੰ ਮੈਸੇਜ ਕਰ ਸਕਦੇ ਹੋ WhatsApp ਖੁੱਲ੍ਹਾਇਆ ਤੇ ਤੁਹਾਡੇ ਮੈਸੇਜਸ ਮੈਂ ਵੇਖ ਰਹੀ ਹੈਗੀਆਂ ਜਿਹੜੇ ਪੰਜਾਬ ਏਐਮ 600 ਦੀ ਕੋਸ਼ਿਸ਼ ਹੁੰਦੀ ਹੈ ਕਿ ਸੀ ਤੁਹਾਨੂੰ ਜਿਹੜੇ ਅਪਡੇਟਸ ਕਰਦੇ ਰਹੀਏ ਖਾਸ ਕਰਕੇ ਜਿਹੜੀ ਕੋਈ ਵੀ ਫਾਈਨੈਂਸ਼ੀਅਲ ਸੈਕਟਰ ਦੇ ਵਿੱਚ ਕੋਈ ਨਿਊਜ਼ ਹੁੰਦੀ ਆ ਜਿਦਾ ਤੁਸੀਂ ਜਾਣਦੇ ਆ ਕਿ ਹਰੇਕ ਅਕਟੋਬਰ ਕੈਨੇਡਾ ਹਮੇਸ਼ਾ ਜਿਹੜੀ ਸਮਾਲ ਬਿਜ਼ਨੈਸ ਇਸ ਯਾ ਉਹਨਾਂ ਨੂੰ ਸੈਲੀਬ੍ਰੇਟ ਕਰਦੇ ਆ ਸੋ ਅੱਜ ਅਕਟੋਬਰ ਦਾ ਮਹੀਨਾ ਹੈਗਾ ਯਾ ਇਹ ਕੈਨੇਡਾ ਇਜ਼ ਸੈਲੀਬ੍ਰੇਟਿੰਗ ਸਮਾਲ ਬਿਜ਼ਨੈਸਸ ਸਮਾਲ ਬਿਜ਼ਨਸ ਵੀਕ ਵੀ ਮਨਾਈ ਜਾਂਦੀ ਆ 15 ਤਰੀਕ ਤੋਂ ਲੈ ਕੇ 1 ਤਰੀਕ ਤੱਕ ਸੋ ਜਿਹੜੇ ਕਨੇਡੀਅਨ ਐਂਟਰਪ੍ਰੈਨਿਅਰਸ ਹੈਗੇ ਆ ਜਿਹੜੇ ਸਾਡੀ ਕਨੇਡੀਅਨ ਇਕਨੋਮੀ ਦੇ ਜਿਹੜੇ ਬੈਕਬੋਨ ਹੈਗੇ ਆ ਆ ਜੌਬਸ ਕ੍ਰੀਏਟ ਕਰਦੇ ਹੈਗੇ ਆ ਇਕਨੋਮਿਕ ਗ੍ਰੋਥ ਦੇ ਵਿੱਚ ਇਹ ਡਰਾਈਵਿੰਗ ਫੈਕਟਰ ਹੈਗੇ ਨੇ ਤੇ ਇਹਦੇ ਪਿੱਛੇ ਫਾਈਨੈਂਸ਼ੀਅਲ ਜਿਹੜੀ ਲਿਟਰੇਸੀ ਆ ਉਹ ਬਹੁਤ ਜ਼ਰੂਰੀ ਆ ਆ ਖਾਸ ਕਰਕੇ ਜੇ ਤੁਸੀਂ ਬਿਜ਼ਨਸ ਸ਼ੁਰੂ ਕਰਨ ਵਾਰੇ ਸੋਚਦੇ ਆ ਕਿ ਵੇਰੀ ਇੱਕ ਵਧੀਆ ਜਿਹੀ ਆਈਡੀਆ ਸਾਡੇ ਦਿਮਾਗ ਤੇ ਵਿੱਚ ਆ ਜਾਂਦਾ ਪਰ ਉਹਦੇ ਪਿੱਛੇ ਜਿਹੜੀ ਪਲੈਨਿੰਗ ਹੁੰਦੀ ਆ ਖਾਸ ਕਰਕੇ ਜਿਹੜੀ ਫਾਈਨੈਂਸ਼ੀਅਲ ਪਲੈਨਿੰਗ ਹੁੰਦੀ ਆ ਉਹ ਬਹੁਤ ਜ਼ਰੂਰੀ ਹੁੰਦੀ ਆ ਸੋ ਅੱਜ ਇਹਦੇ ਤੇ ਚਾਨਣ ਫੌਂਡ ਸੈਟੀ ਸਟੂਡੀਓ ਤੇ ਖਾਸ ਮਹਿਮਾਨ ਅੱਜ ਪਹੁੰਚੇ ਹੋਏ ਨੇ ਅਮਰਦੀਪ ਅਬਾਗਾ ਜੀ ਕਮਰਸ਼ੀਅਲ ਅਕਾਊਂਟ ਮੈਨੇਜਰ ਹੈ ਕੀ ਕਾਲਸਾ ਕ੍ਰੈਡਿਟ ਯੂਨੀਅਨ ਦਾ ਜਿਹੜੀ ਨਦੀ ਹੈਡ ਆਫਿਸ ਸਰੀ ਦੇ ਵਿੱਚ ਆ ਸੋ ਆਓ ਆਪਾਂ ਰਲ ਵੀ ਜਿਹੜੇ ਸਮਾਲ ਬਿਜ਼ਨਸ ਓਨਰਸ ਹੈਗੇ ਆ ਜਿਹੜੇ ਅ ਬਿਜ਼ਨਸ ਇਸ ਖੋਲਰਨੂ ਜਨਤਾ ਰਾਧਾ ਹੈਗਾ ਦਾ ਜਾਂ ਜਿਹਨਾਂ ਕੋਲ ਆਲਰੇਡੀ ਹੈਗਾ ਆ ਆਮ ਇਦਾਂ ਜਿਹੜਾ ਯੂ ਨੋ ਬਿਜ਼ਨਸ ਜਿਹੜਾ ਮਨਾਏ ਜਾਂਦੇ ਐ ਇਸ ਮੀਨੇ ਦੇ ਵਿੱਚ ਇਹਦਾ ਕੀ ਮਤਲਬ ਹੁੰਦਾ ਸੋ ਸਾਰੇ ਨੂੰ ਪਹਿਲਾਂ ਪਿਆਰ ਤੇ ਸਤਿਕਾਰ ਸਤਿ ਸ਼ਕਾਲ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੁਖੀ ਜੀ ਥੈਂਕ ਯੂ ਆਪ ਦਾ ਥੈਂਕ ਯੂ ਸ਼ੇਰ ਪੰਜਾਬ ਚੈਨਲ ਦਾ ਸਾਨੂੰ ਇਨਵਾਈਟ ਕਰਨ ਵਾਸਤੇ ਜੀ ਸਮਾਲ ਬਿਜ਼ਨਸ ਰੇਡੀਓ ਟਾਕ ਵਾਸਤੇ ਸੋ ਪਹਿਲਾ ਸਵਾਲ ਆਫ ਦਾ ਇਹ ਹੈਗਾ ਕਿ স্মॉल ਬਿਜ਼ਨਸ ਮंथ ਕਿਉਂ ਮਨਾਇਆ ਜਾਂਦਾ ਕੈਨੇਡਾ ਦੇ ਅੰਦਰ ਜੀ ਸੋ স্মॉल ਬਿਜ਼ਨਸ ਮंथ ਕੈਨੇਡਾ ਵਿੱਚ ਇਸ ਕਰਕੇ ਮਨਾਇਆ ਜਾਂਦਾ ਜਿਵੇਂ ਤੁਸੀਂ ਆਲਰੇਡੀ ਦੱਸਿਆ ਕਿ ਇਹ ਬੈਕਬੋਨ ਹੈਗੀ ਹੈ স্মॉल ਬਿਜ਼ਨਸ স্মॉल ਬਿਜ਼ਨਸ ਸਭ ਤੋਂ ਜ਼ਿਆਦਾ ਏਮਪਲੋਏ ਕਰਦੀ ਹੈ ਏਮਪਲॉयਮੈਂਟ ਸੈਕਟਰ ਸਭ ਤੋਂ ਵੱਟਾਇਦੇ ਕੋਲ ਹੈ ਇਸ ਕਰਕੇ ਇਹਨੂੰ ਅਪਰੀਸ਼ੀਏਟ ਕਰਨ ਵਾਸਤੇ ਨੂੰ ਇਕਨੋਲਜ ਕਰਨ ਵਾਸਤੇ ਸਾਰੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਗਵਰਨਮੈਂਟ harsal uh, small business month small business week okay so for yeah. the um, definition the okay um, uh, you know businesses get um, classified who they are small businesses canada the rich so uh, ਜਿਹੜੇ ਬਿਜ਼ਨੈਸਿਸ ਹੈਗੇ ਨੇ ਕੈਨੇਡਾ ਦੇ ਅੰਦਰ ਮੋਸਟਲੀ 3 ਟਾਈਪਸ ਦੇ ਹੁੰਦੇ ਨੇ 4 ਟਾਈਪਸ ਦੇ ਹੁੰਦੇ ਨੇ ਇੱਕ ਮਾਈਕਰੋ ਹੁੰਦਾ ਇੱਕ ਸਮਾਲ ਹੁੰਦਾ ਇੱਕ ਮੀਡੀਅਮ ਹੁੰਦਾ ਇੱਕ ਲਾਰਜ ਹੁੰਦਾ ਸੋ ਸਟੈਟਿਸਟਿਕਸ ਕੈਨੇਡਾ ਜੋ ਸਾਰਾ ਡਾਟਾ ਕੈਪਚਰ ਕਰਦੀ ਹੈ ਜੋ ਸਾਰਾ ਡਾਟਾ ਪਬਲਿਸ਼ ਕਰਦੀ ਹੈ ਸਮਾਲ ਬਿਜ਼ਨਸ ਦੇ ਉੱਪਰ ਉਹ ਇਹਨੂੰ ਕਲਾਸੀਫਾਈ ਕਰਦੇ ਹੈਗੇ ਨੇ ਨੰਬਰ ਆਫ ਏਮਪਲੋਇਜ਼ ਏਮਪਲੋਇਡ

ਕਲਾਸੀਫਾਈ ਕੀਤਾ ਜਾਂਦਾ ਸੋ ਜਿਹੜੇ 100 ਤੋਂ ਥੱਲੇ ਜਿਹਨਾਂ ਦੇ ਕਟ ਵਰਕਰਸ ਹੈਗੇ ਉਹਨਾਂ ਨੂੰ ਸਮਾਲ ਬਿਜ਼ਨਸ ਕਲਾਸੀਫਾਈ ਕੀਤਾ ਜਾਂਦਾ ਕਿ ਜਿੱਥੇ 5 ਨੇ ਜਿੱਥੇ 10 ਨੇ ਜਿੱਥੇ 99 ਨੇ ਜਿੱਥੇ 100 ਨੇ ਸਾਰੇ ਸਮਾਲ ਬਿਜ਼ਨਸ ਵਿੱਚ ਹਾਂ ਦੇ ਗ੍ਰੇਟ ਅ ਅਗੇ ਜਾ ਕੇ ਆਪਾਂ ਥੋੜੀ ਜਿਹੀ ਗੱਲ ਕਰਦੇ ਹਾਂ ਕਿ ਸਾਡੀ ਖਾਸ ਕਰਕੇ ਸਰੀ ਦੇ ਵਿੱਚ ਲੋਅਰ ਮੇਨ ਲੈਂਡਰ ਦੇ ਵਿੱਚ ਕਿਹੜੇ ਬਿਜ਼ਨੈਸਿਸ ਹੈਗੇ ਜਿਹਨਨ ਮੰਨਿਆ ਜਾਂਦਾ ਕਿਹੜੇ ਸੈਕਟਰ ਦੇ ਵਿੱਚ ਖਾਸ ਕਰਕੇ ਸਾਡਾ ਪੰਜਾਬੀ ਜਿਹੜਾ ਭਾਈ ਜਾ ਰਿਹਾ ਹੈਗਾ ਜਿਹੜੇ ਇਹਦੇ ਵਿੱਚ ਇਨਵੋਲਵਡ ਹੈਗੇ ਆ ਪਰ ਵਾਕ ਤਾਂ ਅਗੇ ਇੱਕ ਛੋਟੀ ਜਿਹੀ ਬ੍ਰੇਕ ਤਾਂ ਐਟ ਕਾਲਸਾ ਕ੍ਰੈਡਿਟ ਯੂਨੀਅਨ ਇਨ ਸਰੀ ਸੋ ਅ ਅਮਰਦੀਪ ਜੀ ਬ੍ਰੇਕ ਤੋਂ ਪਹਿਲਾਂ ਆਪਾਂ ਗੱਲ ਕਰਦੇ ਸੀ ਸਮਾਲ ਬਿਜ਼ਨੈਸਿਸ ਦੀ ਸਮਾਲ ਬਿਜ਼ਨੈਸਿਸ ਕਿਉਂ ਜ਼ਰੂਰੀ ਹੈਗੇ ਆ ਖਾਸ ਕਰਕੇ ਸਾਡੀ ਖਨੀਰੀਨ ਇਕਨੋਮੀ ਵਾਸਤੇ ਸੋ ਜੀ ਵੇ ਕਿ ਮੈਂ ਪਹਿਲੇ ਦੱਸਿਆ ਕਿ ਕੈਨੇਡੀਅਨ ਇਕਨੋਮੀ ਵਿੱਚ ਜੋ ਸਭ ਤੋਂ ਵੱਡਾ ਸ਼ੇਅਰ ਹੈ ਜੋ এমਪਲॉयਮੈਂਟ ਕਰਦੇ ਨੇ ਉਹ স্মਾਲ ਬਿਜ਼ਨਸ ਕੋਲ ਹੈ। ਹਮਮ ਅਗਰ ਅਸੀਂ 2021 ਦਾ ਡਾਟਾ ਦੇਖੀਏ ਕੈਨੇਡਾ ਵਿੱਚ ਤਾਂ 98% ਜਿਹੜੀ এমਪਲॉयਮੈਂਟ ਹੈਗੀ ਆ ਅਕ੍ਰੋਸ ਕੈਨੇਡਾ ਉਹ ਸਾਰੀ স্মਾਲ ਬਿਜ਼ਨਸ ਵਿੱਚ ਹੈਗੀ। ਹਮ ਸੋ ਉਹ ਬਹੁਤ ਵੱਡੀ ਬੈਕਬੋਨ ਹੈ ਜਦੀ ਵਜ੍ਹਾ ਕਰਕੇ ਇਹਨੂੰ ਹਰ ਕੋਈ ਅਪਰੀਸ਼ੀਏਟ ਕਰਨਾ ਚਾਹੁੰਦਾ ਹੈ, ਕਨੋਲਜ ਕਰਨਾ ਚਾਹੁੰਦਾ ਹੈ ਔਰ ਇਹਨੂੰ ਪ੍ਰੋਮੋਟ ਕਰਨਾ ਚਾਹੁੰਦਾ ਹੈ। ਕਿ ਇਹ ਅੱਗੇ ਵਧਣ ਹੋਰ ਹੋਰ ਇਸ ਚੀਜ਼ ਦੇ ਵਿੱਚ ਮਤਲਬ ਅਗੇ ਗ੍ਰੋਥ ਹੋ ਸਕੇ ਔਰ ਸਾਡੀ এমਪਲॉयਮੈਂਟ ਹੋਰ ਵਧ ਸਕੇ ਯੈਸ ਬਿਲਕੁਲ ਐਂਡ ਯੂ نو ਕਾਸਕਾ ਕੇ ਅੱਜ ਦੀ ਇਕਨੋਮੀ ਦੇ ਵਿੱਚ ਰਾਈਟ ਯਾ ਬਿਲਕੁਲ ਯਾ ਸੋ ਅਮ ਨੈਕਸਟ ਮਿੰਟ ਤੁਹਾਨੂੰ ਚਾਹੀਦਾ ਦੱਸਿਓ ਕਿ ਜਿਹੜੇ ਸਾਡੇ ਸਮਾਲ ਬਿਜ਼ਨੈਸਸ ਸਰੀ ਦੇ ਵਿੱਚ ਯਾ ਫਿਜਰ ਲਾਰ ਮੇਨਲੈਂਡ ਦੇ ਵਿੱਚ ਹੈਗੇ ਕਿਹੜੇ ਪ੍ਰੋਮਿਨੈਂਟ ਬਿਜ਼ਨੈਸ ਹੈਗੇ ਜਿਹੜੇ ਇਸ ਕੈਟਾਗਰੀ ਦੇ ਵਿੱਚ ਸਮਾਲ ਬਿਜ਼ਨੈਸਸ ਦੇ ਵਿੱਚ ਜਿਹੜੇ ਫਾਲ ਕਰਦੇ ਆ ਹਾਂਜੀ ਅਸੀਂ ਖਾਲਸਾ ਸੈਕਟਰੀ ਯੂਨੀਅਨ ਕਿਉਂਕਿ ਆਪਣੀ ਕਮਿਊਨਿਟੀ ਬੇਸਡ ਆਰਗੇਨਾਈਜੇਸ਼ਨ ਹੈ ਗਿਆ ਸੋ ਅਸੀਂ ਆਪਣੀ ਪੰਜਾਬੀ ਕਮਿਊਨਿਟੀ ਦੀ ਜ਼ਿਆਦਾ ਗੱਲ ਕਰਾਂਗੇ ਇੱਥੇ ਸਰੀ ਔਰ ਲੋਅਰ ਮੈਨ ਲੈਂਡ ਵਿੱਚ ਸਭ ਤੋਂ ਜ਼ਿਆਦਾ ਬਿਜ਼ਨਸ ਜੋ ਸਮਾਲ ਬਿਜ਼ਨਸ ਜਿਹੜੇ ਹੈਗੇ ਨੇ ਆਪਣੇ ਕਮਿਊਨਿਟੀ ਉਹ ਹੈਗੀ ਕੰਸਟਰਕਸ਼ਨ ਵਿੱਚ ਪ੍ਰੋਫੈਸ਼ਨਲਸ ਹੈਗੇ ਨੇ ਟੈਕਨੀਕਲ ਸਰਵਿਸਿਜ਼ ਹੈਗੇ ਨੇ ਰੀਟੇਲ ਟ੍ਰੇਡ ਹੈਗਾ ਟਰਾਂਸਪੋਰਟੇਸ਼ਨ ਵਿੱਚ ਹੈਗੇ ਨੇ ਵੇਅਰ ਹਾਊਸਿੰਗ ਵਿੱਚ ਹੈਗੇ ਨੇ ਐਗਰੀਕਲਚਰ ਹੈ ਫੋਰੈਸਟਰੀ ਹੈ ਫਿਰ ਮੈਨੂਫੈਕਚਰਿੰਗ ਹੈ ਫਿਰ ਇਹਦੇ ਅੱਗੇ ਹੋਰ ਬڑے ਛੋਟੇ ਛੋਟੇ ਬਿਜ਼ਨੈਸਿਸ ਹੈਗੇ ਜਿਸ ਤਰ੍ਹਾਂ ਕੀ ਕੰਸਟਰਕਸ਼ਨ ਦੇ ਅਗਰ ਸਬ ਪਾਰਟ ਬੋਲੀਏ ਤੇ ਉਹਦੇ ਵਿੱਚ ਜਿਵੇਂ ਵਿੰਡੋਜ਼ ਮੈਨੂਫੈਕਚਰਰਸ ਹੈਗੇ ਨੇ 도어ਸ ਮੈਨੂਫੈਕਚਰਿੰਗ ਵਾਲੇ ਹੈਗੇ ਤੇ ਔਰ ਪਲੰਬਿੰਗ ਵਾਲੇ ਆ ਜਾਂਦੇ ਨੇ ਰੂਫਿੰਗ ਇਹ ਸਾਰੇ ਫਾਲਤਾਂ ਕੰਸਟਰਕਸ਼ਨ ਸੈਗਮੈਂਟ ਵਿੱਚ ਕਰਦੇ ਨੇ ਬਟ ਹੈ स्मॉल स्मॉल ਬਿਜ਼ਨੈਸਿਸ ਕਿੰਨੀ ਜ਼ਿਆਦਾ ਹੈਗੇ ਹਨ ਸੋ ਇਹ ਸੈਗਮੈਂਟਸ ਪ੍ਰੀਡੋਮੀਨੈਂਟ ਹੈਗੇ ਨੇ ਸਾਡੇ ਸਰੀ ਔਰ ਲੋਅਰ ਮੇਨਲੈਂਡ ਵਿੱਚ ਤੇ ਜੋ ਜਿੰਨਾ ਨਵਸੀ ਬਿਕਟਰ ਕਰ দেয়া ਗਿਆ রাইਟ ਇਹਦੇ ਵਿੱਚ ਕਾਫੀ ਖੇਤਰਾਂ ਦੇ ਵਿੱਚ ਆਪਾਂ ਵੇਖਿਆ ਵਟ ਐਬਾਊਟ ਮੋਰ ਲਾਈਕ ਫੀਮੇਲ ਰਨ ਬਿਜ਼ਨਸਿਸ ਹੋਮ ਰਨ ਬੀਜ਼ਨਸਿਸ ਬਿਜ਼ਨਸਿਸ ਉਹ ਵੀ ਵਿੱਚ ਗਾਉਂਟ ਹੁੰਦੇ ਆ ਹਾਂਜੀ ਫੀਮੇਲਸ ਦਾ ਵੀ ਹੁੰਦਾ ਔਰ ਹੋਮ ਬੇਸ ਬਿਜ਼ਨਸ ਵੀ ਕਿਉਂਕਿ ਗਵਰਨਮੈਂਟ ਨੇ ਜੋ ਕਲਾਸੀਫਿਕੇਸ਼ਨ ਕੀਤੀ ਹੈ ਉਹ ਨੰਬਰ ਆਫ ਤੁਸੀਂ ਕਿੰਨੀ এমਪਲੋਇਮੈਂਟ ਕੀਤੀ ਹੈ ਉਹਦੇ ਉੱਤੇ ਕੀਤੀ ہوئی ਹੈ ਸੋ ਤੁਸੀਂ ਕਿੱਥੋਂ ਵੀ ਕੰਮ ਕਰੋ 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 ਜਾਂ ਤੁਸੀਂ ਵੇਅਰ ਹਾਊਸ ਲੈ ਕੇ ਕਰੋ ਜਾਂ ਕਿਤੇ ਰਿਟੇਲ ਸ਼ਾਪ ਹੈ ਅਗਰ ਤੁਹਾਡੀ এমਪਲॉयमेंट ਅਗਰ ਜੀ ਸਿੰਗਲ ਵੀ ਹੈਗੇ ਤਾਂ ਵੀ ਔਰ ਅਗਰ ਮੋਰ ਦੈਨ 1 ਹੈਗੇ ਤਾਂ ਵੀ স্মਲ ਬਿਜ਼ਨਸ ਇਸ ਕਲਾਸੀਫਾਈ ਕਰ ਦੇਗੇ ਰਾਈਟ ਸੋ ਹਮੇਸ਼ਾ ਹੀ ਇਹ ਅੰਪਲੋਈਸ ਦੇ ਮੁਤਾਬਕ ਹੀ ਕਲਾਸੀਫਾਈ ਕੀਤੇ ਇਹ ਨਹੀਂ ਕਦੀ ਇਨਕਮ ਦੇ ਮੁਤਾਬਕ ਨਹੀਂ ਇਹ ਕਦੀ ਕਲਾਸੀਫਾਈ ਕਰਦੇ ਸੋ ਜੇ ਇੱਕ ਅੰਪਲੋਈ ਲੱਖਾਂ ਦੇ ਹਿਸਾਬ ਨਾਲ ਬਣਾਉਂਦਾ ਹੋਵੇ ਉਹ ਯੂ نو ਫੇਰ ਵੀ স্মਲ ਬਿਜ਼ਨਸ ਦੇ ਵਿੱਚ ਹੋ ਅਪਲਾਈ ਕੀਤਾ ਜਾਂਦਾ ਹਾਂਜੀ ਕਿਉਂਕਿ ਇਹ ਇੱਕ ਖਾਸ ਗੱਲ ਹੈਗੀ ਹੈ এমਪਲॉयमेंट ਦੀ ਇਹ ਦੀ স্মਲ ਬਿਜ਼ਨਸ ਦੀ ਕਿ ਅੰਪਲੋਈ ਬੇਸ ਦੇ ਉੱਪਰ ਇਹਨਾਂ ਨੇ ਕਲਾਸੀਫਿਕੇਸ਼ਨ ਕੀਤੀ ਆ ਇਹਨਾਂ ਨੇ ਕੋਈ ਸੇਲਸ ਦੇ ਉੱਪਰ ਨਹੀਂ ਕੀਤੀ ਕੋਈ ਟਰਨਓਵਰ ਦੇ ਉੱਪਰ ਨਹੀਂ ਕੀਤੀ ਕੋਈ ਰਿਸੀਟਸ ਦੇ ਉੱਪਰ ਨਹੀਂ ਰੱਖੀ ਕੁਝ ਨਹੀਂ ਰੱਖਿਆ ਹੋਇਆ ਉਹਨਾਂ ਨੇ ਸਿੰਪਲ ਇਹ ਦੱਸਿਆ ਵੀ ਜਿਨੇ ਜਿੰਨੀ ਏਮਪਲੋਇਮੈਂਟ ਕੀਤੀ ਹੈ ਉਸ ਹਿਸਾਬ ਨਾਲ ਉਹਦੀ ਕਲਾਸੀਫਿਕੇਸ਼ਨ ਹੋਏਗੀ ਇੰਟਰਸਟਿੰਗ ਵੈਰੀ ਇੰਟਰਸਟਿੰਗ ਅਮ ਅੱਗੇ ਜਾ ਕੇ ਅਮ ਬਿਫੋਰ ਦ ਬ੍ਰੇਕ ਅਪ ਜ਼ਰੂਰ ਗੱਲ ਕਰਾਂਗੇ ਕਿ ਚੈਲੰਜਸ ਕੀ ਹੈਗੇ ਆ ਖਾਸ ਕਰਕੇ ਸਮਾਲ ਬਿਜ਼ਨੈਸਸ ਦੇ ਵਿੱਚ ਕੈਨੇਡਾ ਲਈ ਸਪੈਸ਼ਲੀ ਅੱਜ ਦੇ ਦਿਨਾਂ ਦੇ ਵਿੱਚ ਅਮ ਪਰ ਉਸ ਤੋਂ ਪਹਿਲਾਂ ਬਿਗਿਨਿੰਗ ਦੇ ਵਿੱਚ ਆਪਾਂ ਨਾ ਇੱਕ ਪਾਰਟ ਸਕਿਪ ਕਰਕੇ ਜਿਹੜਾ ਮੈਨੂੰ ਲੱਗਦਾ ਬਹੁਤ ਜ਼ਰੂਰੀ ਆ ਤੇ ਥੋੜਾ ਜਿਹਾ ਤੁਹਾਡੀ ਜਿਹੜੀ ਬੈਕਗ੍ਰਾਉਂਡ ਹੈਗੀ ਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਖੇਤਰ ਦੇ ਵਿੱਚ ਇਨਵੋਲਵ ਹੋਇਆ ਨੂੰ ਸੋ ਮੈਨੂੰ স্মॉल ਬਿਜ਼ਨਸਸ ਨਾਲ ਕੰਮ ਕਰਦੇ অলਮੋਸਟ 15 ਸਾਲ ਹੋ ਗਏ ਨੇ ਹਮ ਕਾਲ ਸੈਕ੍ਰੀਟ ਯੂਨੀ ਦੀ ਚੀ ਮੇ 3 ਸਾਲ ਤੋਂ ਇੱਥੇ ਕੰਮ ਕਰ ਰਹੇ ਹਾਂ ਇਸਕਾ ਮਾਸ਼ਾਅੱਲ੍ਲਾ ਕਾਊਂਟ ਮੈਨੇਜਰ ਜੀ ਔਰ ਜਿੰਨੇ ਵੀ ਆਪਕੋ ਕਿ ਕਮਿਊਨਿਟੀ ਵਿੱਚ ਛੋਟੇ ਤੋਂ ਛੋਟਾ ਬਿਜ਼ਨਸ ਔਰ ਵੱਡੇ ਤੋਂ ਵੱਡਾ ਬਿਜ਼ਨਸ ਸਾਡੇ ਕੋਲ ਸਾਰੇ ਹੀ ਹੈਗੇ ਹਨ ਹਮ ਔਰ ਬਿਜ਼ਨਸ ਇਸ ਜਿਹੀ ਐਂਡ ਟੂ ਐਂਡ ਸੋਲੂਸ਼ਨ ਦਿੰਨੇ ਆ ਲਾਈਕ ਸਟਾਰਟਿੰਗ ਤੋਂ ਜਦੋਂ ਉਹ ਸਾਡੇ ਕੋਲ ਆਂਦੇ ਨੇ ਤਾਂ ਤੋਂ ਪਲੈਨਿੰਗ ਸਟੇਜ ਤੋਂ ਜਦ ਤੱਕ ਮਤਲਬ ਸਕਸੈਸਫੁਲ ਨਹੀਂ ਹੋ ਜਾਂਦਾ ਉਹਨਾਂ ਨੂੰ ਬੈਂਕਿੰਗ ਸਰਵਿਸਿਜ਼ ਬਾਰੇ ਦੱਸਦੇ ਆ ਜਾਣੂ ਕਰਾਉਂਦੇ ਆ ਵੀ ਕੀ ਕੀ ਤੁਹਾਨੂੰ ਲੋਨ ਪੈ ਸਕਦੇ ਆ ਔਰ ਕਿਸ ਤਰ੍ਹਾਂ ਦਾ ਅਕਾਊਂਟ ਤੁਹਾਡੇ ਵਾਸਤੇ ਸਭ ਤੋਂ ਬੈਸਟ ਹੈ ਅਗਰ ਤੁਹਾਨੂੰ ਰੀਟੇਲ ਟਰੇਡ ਖੋਲ ਰਹੇ ਹੋ ਤਾਂ ਤੁਹਾਨੂੰ ਕੀ ਪੁਆਇੰਟ ਆਫ ਸੇਲ ਮਸ਼ੀਨ ਚਾਹੀਦੀ ਹੈ ਨਹੀਂ ਚਾਹੀਦੀ ਔਰ ਕਿਹੜੀ ਬੈਟਰ ਹੈ ਤੁਹਾਡੇ ਵਾਸਤੇ ਅਗਰ ਤੁਸੀਂ ਫਿਰ ਅਸੀਂ ਉਹਨਾਂ ਨੂੰ ਬਿਜ਼ਨਸ ਕ੍ਰੈਡਿਟ ਕਾਰਡਸ ਬਾਰੇ ਦੱਸਦੇ ਆ ਸੋ ਇਸ ਤਰ੍ਹਾਂ ਦੀ ਬਹੁਤ ساری ਚੀਜ਼ ਹੈ ਕਿ ਨੇ ਲਾਈਨ ਆਫ ਕ੍ਰੈਡਿਟਸ ਬਾਰੇ ਦੱਸਦੇ ਆ ਕਿ ਆ ਉਹਨਾਂ ਦੀ ਕੈਸ਼ ਫਲੋ ਮੈਨੇਜਮੈਂਟ ਬਾਰੇ ਦੱਸਦੇ ਆ ਉਨਾ ਦੇ ਕਿੰਨੇ ਦਿਨਾਂ ਵਿੱਚ ਪੈਸੇ ਵਾਪਸ ਆਨੇ ਹੈ ਕਿੰਨੀ ਇਨਵੈਂਟਰੀ 'ਚ ਪੈਸੇ ਲੱਗਨੇ ਹੈ ਪਿੱਛੋਂ ਕਿੰਨਾ ਕ੍ਰੈਡਿਟ ਮਿਲਦਾ ਹੈ ਸੋ ਉਹ ਸਾਰੀ ਮਤਲਬ ਵਰਕਿੰਗ ਐਸੀ ਕਰਦੇ ਆ ਉਹਨਾਂ ਨਾਲ ਦੱਸਦੇ ਆ ਉਹਨਾਂ ਨੂੰ ਔਰ ਕਿਉਂਕਿ ਸਾਡੀ ਕਮਿਊਨਿਟੀ 'ਚ ਨਾ ਬਹੁਤ ਜ਼ਿਆਦਾ ਇਸ ਚੀਜ਼ ਬਾਰੇ ਅਵੇਅਰਨੈਸ ਨਹੀਂ ਹੈ ਸੋ ਜਦੋਂ ਗੱਲ ਕਰਦੇ ਆ ਉਹ ਲੋਕ ਵੀ ਐਪਰੀਸ਼ੀਏਟ ਕਰਦੇ ਆ ਵੀ ਇਹ ਚੀਜ਼ਾਂ ਤੁਸੀਂ ਸਾਨੂੰ ਗਾਈਡ ਕਰਦੇ ਹੋ ਦੱਸਦੇ ਹੋ ਸੋ ਜਸਟ ਐਜ਼ ਅ ਫੈਮਿਲੀ ਜਿਵੇਂ ਉਹਨਾਂ ਦੀ ਗ੍ਰੋਥ ਦੇ ਨਾਲ ਸਾਡੀ ਗ੍ਰੋਥ ਲਿੰਕਡ ਹੈ ਸੋ ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਸਾਡੇ ਨਾਲ ਜਿਹੜੇ ਬਿਜ਼ਨੈਸਿਸ ਜੁੜੇ ਨੇ ਉਹ ਗਰੋ ਕਰਣ ਉਹ ਵੀ ਨੈਕਸਟ ਲੈਵਲ ਤੇ ਜਾਣ ਯਾ ਸੋ ਨੂੰ ਸਹੀ ਸਲਾਹ ਜਿਹੜੀ ਉਹ ਦਿੱਤੀ ਜਾਵੇ ਸੋ ਦੈਟਸ ਗ੍ਰੇਟ ਕਿ ਇਟ ਇਜ਼ ਜ਼ੈਡ ਤੁਸੀਂ ਪਹਿਲਾਂ ਕਵਰ ਕਰਦੇ ਕਿ ਮੇਰੀ ਅਗਲੀ ਜਿਹੜੀ ਕੁਐਸਚਨਸ ਆ ਇਹਦੇ ਨਾਲ ਹੀ ਰਿਲੇਟਡ ਹੈਗੀ ਆ ਬਟ ਵਕਤ ਆ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ ਸੋ ਇਦਾਂ ਹੀ ਤੁਸੀਂ ਸਾਨੂੰ ਜੜੇ ਰਹੋ ਐਂਡ ਵਿਲ ਬੀ ਰਾਈਟ ਬੈਕ ਤੇ ਕੈਨੇਡਾ ਮਨਾਰੀਆ ਹੈਗਾ ਸਮਾਲ ਬਿਜ਼ਨੈਸਸ ਸੋ ਸਮਾਲ ਬਿਜ਼ਨੈਸ ਮੰਥ ਹੈਗਾ ਆ ਐਂਡ ਸਮਾਲ ਬਿਜ਼ਨੈਸ ਵੀਕ ਵੀ ਹੈਗੀ ਆ ਅਕਤੂਬਰ 15 ਤੋਂ 21 ਤਰੀਕ ਤੇ ਇਹਦੇ ਬਾਰੇ ਆ ਹੋਰ ਗੱਲ ਕਰਨ ਅੱਜ ਸਾਡੀ ਸਟੂਡੀਓ ਤੇ ਪਹੁੰਚੇ ਹੈਗੇ ਨੇ ਅਮਰਦੀਪ ਸਿੰਘ ਅਪਾਗਾ ਜੋ ਕਿ ਕਮਰਸ਼ੀਅਲ ਅਕਾਊਂਟ ਮੈਨੇਜਰ ਹੈਗੇ ਨੇ ਹੈਡ ਆਫਿਸ ਆਫ ਕਾਸਾ ਕ੍ਰੈਡਿਟ ਯੂਨੀਅਨ ਨੋਰਥ ਡਲਵੇਸਰੀ ਦੇ ਵਿੱਚ ਅ ਬ੍ਰੇਕ ਦੋ ਬੈਨ ਆਮ ਰਦੀਪ ਜੀ ਆਪਾਂ ਗੱਲ ਕਰਦੇ ਸੀਗੇ ਸਮਾਲ ਬਿਜ਼ਨੈਸਸ ਦੀ ਤੁਹਾਡੇ ਜਿਹੜੇ ਬਹੁਤ ਸਾਲਾਂ ਦੇ ਤੁਸੀਂ ਇਹਦੇ ਵਿੱਚ ਮਾਰ ਹੈਗੇ ਆ ਲੈਟਸ ਟਾਕ ਅਬਾਟ ਅ ਲਿਟਲ ਬਿਟ ਅਬਾਟ ਦ ਚੈਲੰਜਸ ਹਨਾ ਕਿ ਹੁਣ ਆਪਾਂ ਜਾਣਦੇ ਆ ਕਿ ਕਈ ਫੈਕਟਰਸ ਹੈਗੇ ਆ ਜਿਹੜੇ ਸਮਾਲ ਬਿਜ਼ਨੈਸਸ ਐਸਵੇਲੇ ਫੇਸ ਕਰ ਰਹੇ ਆ ਕੈਨੇਡਾ ਦੇ ਵਿੱਚ BC ਦੇ ਵਿੱਚ ਸਰੀ ਦੇ ਵਿੱਚ ਵੈਂਕੂਵਰ ਲੋਰ ਮੇਨਲੈਂਡ ਦੇ ਵਿੱਚ ਕੀ ਕੀ ਜ਼ਿਆਦਾ ਤੁਸੀਂ ਜਿਹੜੇ ਪ੍ਰੋਬਲਮ ਚੈਲੰਜਸ ਅੱਜਕੱਲ੍ਹ ਵੇਖ ਰਹੇ ਹੈਗੇ ਆ ਹਾਂਜੀ ਜਿਵੇਂ ਸਾਨੂੰ ਪਤਾ ਪੈਂਡੈਮਿਕ ਤੋਂ ਬਾਅਦ ਤਾਂ ਬਹੁਤ ਜ਼ਿਆਦਾ ਇਹ ਮੁਸ਼ਕਲ ਹੋ ਗਿਆ ਸੀਗਾ ਬਿਜ਼ਨੈਸਸ ਚਲਾਉਣਾ ਲੋਕਾਂ ਦੇ ਬਿਜ਼ਨੈਸਸ ਬੰਦ ਵੀ ਬਹੁਤ ਹੋਏ ਆ। ਅਸੀਂ ਦੇਖਿਆ ਉਸ ਚੀਜ਼ ਨੂੰ ਵੀ। ਸੋ ਉਹ ਹੁਣ ਗਵਰਨਮੈਂਟ ਨੇ ਉਹਦੇਚ ਸਪੋਰਟ ਵੀ ਕੀਤਾ ਉਹ ਬਿਜ਼ਨੈਸਸ ਨੂੰ ਜਿੰਨਾ ਕਿ ਵੀ ਹੋ ਸਕਦਾ। ਸੋ ਹੁਣ ਜੋ ਇਸ ਟਾਈਮ ਤੇ ਪ੍ਰੈਜ਼ੈਂਟ ਸਾਨੂੰ ਲੱਗਦਾ ਕਿ ਚੈਲੰਜਸ ਚੱਲ ਰਹੇ ਨੇ ਉਹ ਸਭ ਤੋਂ ਜ਼ਿਆਦਾ ਚੈਲੰਜਸ ਇਸ ਵੇਲੇ ਮੈਨਪਾਵਰ ਸ਼ਾਰਟੇजेस ਆਏਗਾ। ਲੇਬਰ ਰਿਕਰੂਟ ਕਰਨਾ ਰਿਟੇਨ ਕਰਨਾ ਟ੍ਰੇਨਿੰਗ ਦੇ ਰਹਿਣਾ ਉਹਨਾਂ ਨੂੰ ਉਹ ਸਭ ਤੋਂ ਵੱਡਾ ਇੱਕ ਚੈਲੰਜ ਹੈਗਾ ਫਿਰ ਦੂਸਰਾ ਵੱਡਾ ਚੈਲੰਜ ਹੈਗਾ ਜੀ ਇੰਟਰਸਟ ਰੇਟਸ ਦਾ ਜੋ ਬਹੁਤ ਵੋਲਟਾਈਲ ਮਾਰਕੀਟ ਹੋ ਰਹੀ ਹੋਈ ਹੈ ਗਵਰਨਮੈਂਟ ਰੈਗੂਲੇਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇੰਟਰਸਟ ਰੇਟ ਵਧਾ ਕੇ ਅ ਨੈਕਸਟ ਇੰਟਰਸਟ ਰੇਟ ਜਿਹੜਾ ਅਨਾਉਂਸਮੈਂਟ ਆਉਗਾ ਦੋ ਅਕਤੂਬਰ ਤੁਸੀਂ ਉਹਨਾਂ ਜ਼ਿਕਰ ਹੀ ਕੀਤਾ ਹੋਇਆ ਇਸ ਗੱਲ ਦਾ ਅਕਤੂਬਰ 25 ਅਕਤੂਬਰ 25 ਓਕੇ ਯਾ ਸੋ ਇੰਟਰਸਟ ਰੇਟਸ ਆਇਕਰਕੇ ਵੀ ਬਹੁਤ ਪ੍ਰੋਬਲਮ ਆ ਰਹੀ ਹੈ ਇਦੇ ਵਿੱਚ ਮੈਂ ਤੁਹਾਨੂੰ ਹੋਰ ਵੀ ਦੱਸਣਾ ਚਾਹਾਂਗਾ ਕਿ ਜਿਵੇਂ ਕਿਸੇ ਨੇ ਜਿਵੇਂ ਕੋਈ ਬਿਜ਼ਨਸ ਹੁੰਦਾ ਜਿਵੇਂ ਕਿ ਟਰੱਕਿੰਗ ਹੈ ਉਹਨਾਂ ਨੇ ਕੰਟਰੈਕਟ ਲਿੱਤਾ ਹੋਇਆ ਐਕਸ ਰੇਟ ਦੇ ਉੱਪਰ ਜਾਂ ਅਗਰ ਅਸੀਂ ਵਿੰਡੋਜ਼ ਬਿਜ਼ਨਸ ਦੀ ਗੱਲ ਕਰੀਏ ਜਾਂ ਡੋਰ ਮੈਨੂਫੈਕਚਰਿੰਗ ਦੀ ਗੱਲ ਕਰੀਏ ਜਾਂ ਕੋਈ ਵੀ ਇੰਪੋਰਟ ਦੀ ਗੱਲ ਕਰੀਏ ਐਕਸਪੋਰਟ ਦੀ ਗੱਲ ਕਰੀਏ ਉਹ ਕੀ ਹੁੰਦਾ ਕਿ 6 ਮਹੀਨੇ 1 ਸਾਲ ਪਹਿਲੇ ਅਸੀਂ ਕੰਟਰੈਕਟ ਕਰ ਲੈਨੇ ਹ ਸੋ ਜਦੋਂ ਅਸੀਂ ਕੰਟਰੈਕਟ ਕਰਦੇ ਹਾਂ ਔਰ ਬਾਅਦ ਵਿੱਚ ਸਾਡੀ ਇਨਪੁੱਟ ਕਾਸਟ ਵੱਧ ਜਾਂਦੀ ਹੈ ਰੇਟਸ ਵੱਧ ਜਾਂਦੇ ਨੇ ਸਾਡੀ ਖਰੀਦ ਕਰਨ ਦੇ ਜਿਵੇਂ ਕਿ ਸਾਡੇ ਜੋ ਟਰੱਕਰਸ ਹੈਗੇ ਨੇ ਟਰਾਂਸਪੋਰਟੇਸ਼ਨ ਇਚ ਹੈਗੇ ਨੇ ਸਾਡਾ ਭਾਈਚਾਰਾ ਉਹਦੇ ਵਿੱਚ ਅਸੀਂ ਦੇਖਿਆ ਕਿ ਉਹਨਾਂ ਨੇ ਵੀ ਕੰਟਰੈਕਟ ਕੀਤੇ ਸੀਗੇ ਹੁਣ ਉਹਦੇ ਵਿੱਚ ਔਇਲ ਦੇ ਪ੍ਰਾਈਸ ਬਹੁਤ ਜ਼ਿਆਦਾ ਵੱਧ ਗਏ ਗੈਸ ਦੇ ਰੇਟਸ ਬਹੁਤ ਵੱਧ ਗਏ ਉਹਨਾਂ ਦੀ ਆਮਦਨੀ ਘਟ ਗਈ ਉਹਨੂੰ ਉਸ ਚੀਜ਼ ਨੂੰ ਅੱਗੇ ਪਾਸ ਨਹੀਂ ਕਰ पाए ਸੇਮ ਤਰੀਕੇ ਨਾਲ ਡੋਰਸ ਮੈਨੂਫੈਕਚਰਿੰਗ ਉਹ ਲੋਕ ਵੀ ਜਦੋਂ ਪਰਚੇਸ ਕਰਦੇ ਸੀ ਇੰਪੋਰਟ ਕਰਦੇ ਸੀ ਚਾਇਨਾ ਤੋਂ ਜਾਂ ਕਿਸੇ ਹੋਰ ਜਗ੍ਹਾ ਤੋਂ ਉਹਨਾਂ ਦੀ ਵੀ ਕਾਸਟ ਵੱਧ ਗਈ ਉਹ ਲੋਕ ਵੀ ਅੱਗੇ ਆਪਾਸੋਂ ਨਹੀਂ ਕਰ पाए ਸੋ ਉਹਨਾਂ ਨੂੰ ਬਿਜ਼ਨਸ ਹਿੱਟ ਵੀ ਹੋਇਆ ਪ੍ਰੋਫਿਟੇਬਿਲਟੀ ਵੀ ਉਹਨਾਂ ਦੀ ਘਟੀ ਔਰ ਫਿਰ ਉਹਦੇ ਨਾਲ ਕੀ ਹੈ ਕਿ ਅਗੂ ਹੋਰ ਮਾਰ ਪੈਗੀ ਰੇਟ ਆਫ ਇੰਟਰਸਟ ਦੀ ਸੋ ਰੇਟ ਆਫ ਇੰਟਰਸਟ ਵੀ ਵਧ ਗਏ ਉਹ ਵੀ ਕਿਨਪਟ ਕਾਸਟ ਹੈਗੀ ਆ ਰਾਈਟ ਰਾਈਟ ਸੋ ਇਹ ਸਾਰੀ ਚੀਜ਼ਾਂ ਨਾਲ ਬਹੁਤ ਇੰਪੈਕਟ ਹੈ ਹੁਣ ਵੱਡੀ ਜੋ ਪ੍ਰੋਬਲਮ ਚੱਲ ਰਹੀ ਹੈ ਉਹ ਚੱਲ ਰਹੀ ਹੈ ਕਿ ਇਨਫਲੇਸ਼ਨ ਦੀ ਇਨਫਲੇਸ਼ਨ ਦੀ ਰੇਟ ਜੋ ਪਿਛਲੇ ਦਿਨਾਂ ਵਿੱਚ ਮਤਲਬ ਅਬਵ 7% ਸੀਗੀ ਹੁਣ ਕਟ ਕੇ ਆ ਗਈ ਹੈ 4% ਦੇ ਆਸ-ਪਾਸ ਆ ਗਈ ਹੈ ਮਤਲਬ ਐਗਜ਼ੈਕਟ 4% ਹੈ ਸੋ ਉਹ ਘਟ ਰਹੀ ਹੈ ਉਹ ਦਾ ਘਟਣ ਦਾ ਕਾਰਨ ਹੈਗਾ ਕਿ ਗਵਰਨਮੈਂਟ ਨੇ ਰੇਟਸ ਵਧਾਏ ਹੈਗੇ ਨੇ ਜੀ ਲੋ ਗਵਰਨਮੈਂਟ ਚਾਹਂਦੀ ਹੈ ਕਿ ਲੋਕ ਘਟ ਖਰਚਾ ਕਰਨ ਇਕਨੋਮੀ ਸ਼੍ਰਿੰਕ ਕਰੇ ਕੰਟ੍ਰੈਕਟ ਕਰੇ ਸੋ ਬਟ ਇਹਦੇ ਨਾਲ ਹੋ ਕੀ ਰਿਹਾ ਕਿ ਬਿਜ਼ਨਸ ਸਮਾਲ ਬਿਜ਼ਨਸ ਸਪੈਸ਼ਲੀ ਉਹਨਾਂ ਨੂੰ ਬਹੁਤ ਜ਼ਿਆਦਾ ਇੰਪੈਕਟ ਪੈ ਰਿਹਾ ਹੈ ਇਸ ਦਾ ਹੂੰ ਹੂੰ ਹੁਣ ਇੱਕ ਹੋਰ ਚੈਲੰਜ ਜੋ ਸੀ ਦੇਖ ਦੇਖਿਆ ਹੈ ਕਿ ਹੋ ਹੈਗਾ ਇਨਕਰੀਸਡ ਡੈਟ ਦਾ ਮਤਲਬ ਕਿ 2020 ਤੋਂ ਬਾਅਦ ਅਸੀਂ ਇਹ ਸਮਝੀਏ ਕਿ ਜੋ ਗਵਰਨਮੈਂਟ ਦਾ ਡਾਟਾ ਕਹਿੰਦਾ ਹੈ ਉਹ ਉਹ ਇਹ ਕਹਿੰਦਾ ਕਿ ਜਿੰਨੀ ਸਮਾਲ ਬਿਜ਼ਨਸ ਕਮਿਊਨਿਟੀ ਨੇ ਲੋਨ ਲਿੱਤਾ ਹੋਇਆ ਸੀਗਾ 2020 ਤੋਂ ਪਹਿਲੇ ਉਹ 2020 ਤੋਂ ਬਾਅਦ ਆਲਮੋਸਟ ਡਬਲ ਹੋ ਗਿਆ ਪੈਂਡੈਮਿਕ ਤੋਂ ਹਾਂਜੀ ਪੈਂਡੈਮਿਕ ਤੋਂ ਬਾਅਦ ਸ ਲੋਕਾਂ ਨੇ ਕਰਜ਼ਾ ਵਧ ਚੁੱਕਿਆ ਹੈ ਜੀ ਚਾਹੇ ਆਪਣੀ ਕਰਦੀ ਇਕੁਇਟੀ ਲੈ ਕੇ ਪਾਇਆ ਬਿਜ਼ਨਸ ਨੂੰ ਚਲਾਨ ਰੱਖਣ ਵਾਸਤੇ ਵੀ ਚੱਲਦਾ ਰਿਹਾ ਸਾਡਾ ਬਿਜ਼ਨਸ ਕਿਸੇ ਤਰੀਕੇ ਸੋ ਡੈਟ ਬਰਡਨ ਵਧ ਗਿਆ ਡੈਟ ਬਰਡਨ ਵਧਣ ਨਾਲ ਵੀ ਪ੍ਰੋਫਿਟੇਬਿਲਟੀ ਤੇ ਬਹੁਤ ਉਹਨਾਂ ਦਾ ਇੰਪੈਕਟ ਆਇਆ ਹੂੰ ਹੂੰ ਸੋ ਇੱਕ ਇੱਕ ਪਹਿਲੂ ਹੋਰ ਵੀ ਹੈ ਜਿਹਨੂੰ ਅਸੀਂ ਕਹਿੰਦੇ ਆ ਡਿਜੀਟਾਈਜੇਸ਼ਨ ਜਾਂ ਈ-ਕਾਮਰਸ ਦਾ ਜਿਹਦੇ ਵਿੱਚ ਕਿ ਵੱਡੇ ਪਲੇਅਰ ਸਗੇ ਨੇ Amazon ਵਗੈਰਾ ਆਇਆ ਹੋਰ ਉਹਨਾਂ ਨੇ ਵੀ ਸਮਾਲ ਬਿਜ਼ਨਸ ਨੂੰ ਬੜਾ ਇੰਪੈਕਟ ਕੀਤਾ ਜੀ ਜਿੱਥੇ ਸਮਾਲ ਬਿਜ਼ਨਸ ਅਸੀਂ ਪ੍ਰਮੋਟ ਕਰਦੇ ਆ ਕਿ ਬਾਏ ਲੋਕਲ ਉੱਥੇ ਜੋ ਇਸ ਤਰ੍ਹਾਂ ਦੇ ਵੱਡੇ ਜਾਇੰਟਸ ਹੈਗੇ ਨੇ ਉਹ ਲੋਗ ਇمپੋਰਟ ਕਰਕੇ ਜਾਂ ਹੋਰ ਬਹੁਤ ਵੋਲਿਊਮਸ ਵਿੱਚ ਪਰਚੇਸ ਕਰਕੇ ਇਹਨਾਂ ਨੂੰ ਮਤਲਬ ਇਹਨਾਂ ਦੀ ਮਾਰਕੀਟ ਨੂੰ ਇੰਪੈਕਟ ਕਰ ਰਹੇ ਨੇ ਹੂੰ ਸੋ ਇਹ ਕੁਝ ਹੈਗੇ ਨੇ 4-5 ਚੈਲੰਜਸ ਜੋ ਸਮਾਲ ਬਿਜ਼ਨਸ ਇਸ ਵੇਲੇ ਸਭ ਤੋਂ ਜ਼ਿਆਦਾ ਫੇਸ ਕਰ ਰਹੇ ਨੇ ਸੋ ਮੈਨੂੰ ਲੱਗਦਾ ਇਹ ਜਿਹੜੇ ਹਿੱਟਸ ਹੋਇਆ ਖਾਸ ਕਰਕੇ ਸਾਡੀ ਇਕਨੋਮੀ ਯੂ ਨੋ ਉਹਦਾ ਕਾਰਨ ਇਹ ਹੋਇਆ ਸੋ ਜੇ ਅਸੀਂ ਇਕਨੋਮੀ ਦੀ ਗੱਲ ਕਰਦੇ ਆਂ ਸਰਕਾਰਾਂ ਦੀ ਅਸੀਂ ਗੱਲ ਕਰਦੇ ਆਂ ਯੂ ਨੋ ਕੋਈ ਵੀ ਸਰਕਾਰਾਂ ਦੀ ਕੋਈ ਸਪੋਰਟ ਹੈਗੀ ਆ ਫਾਰ ਸੈਟਿੰਗ ਅਪ ਨਿਊ ਬਿਜ਼ਨੈਸਸ ਯਾ ਫਿਰ ਕੋਈ ਫਾਈਨੈਂਸ਼ੀਅਲ ਏਡ ਵਗੈਰਾ ਵਗੈਰਾ ਅਨ ਯੇ ਵੀ ਮੈਂ ਦੱਸਣਾ ਚਾਹਾਂਗਾ ਜੋ ਸਮਾਲ ਬਿਜ਼ਨਸ ਵਾਸਤੇ ਅਗਰ ਕੋਈ ਬੰਦਾ ਨਵਾਂ ਆਪਣਾ ਬਿਜ਼ਨਸ ਅ ਅਕਾਊਂਟ ਬਣਾਉਣਾ ਚਾਹੁੰਦਾ ਹੈ ਯਾ ਬਿਜ਼ਨਸ ਬਾਰੇ ਸੋਚ ਰਿਹਾ ਹੈ ਉਹਨੂੰ ਕੁਝ ਵੀ ਟ੍ਰੇਨਿੰਗ ਚਾਹੀਦੀ ਹੈ ਯਾ ਕੁਝ ਵੀ ਉਹਨੂੰ ਉਦੇ ਬਾਰੇ ਜਾਣਨਾ ਸਮਝਣਾ ਤਾਂ ਗਵਰਨਮੈਂਟ ਦੀ ਇੱਕ ਵੈਬਸਾਈਟ ਹੈਗੀ ਹੈ smallbusinessbc.ca ਉਹ ਇੱਕ এডੂਕੇਸ਼ਨ ਪੋਰਟਲ ਹੈਗਾ ਤੇ ਤੁਸੀਂ ਉਸ ਤੇ ਜਾ ਕੇ ਉਹ ਦੇਖ ਸਕਦੇ ਨੇ ਉਹਨਾਂ ਨੂੰ ਬਹੁਤ ਉੱਥੇ ਇਨਫੋਰਮੇਸ਼ਨ ਮਿਲੇਗੀ ਸੋ bc ਗਵਰਨਮੈਂਟ ਹੈ ਸਪੈਸੀਫਿਕਲੀ ਸਮਾਲ ਬਿਜ਼ਨਸ ਨੂੰ ਪ੍ਰੋਮੋਟ ਕਰਨ ਵਾਸਤੇ ਇਹ ਪੋਰਟਲ ਬਣਾਇਆ ਹੈਗਾ ਵੈਰੀ ਗੁੱਡ ਵੈਰੀ ਗੁੱਡ ਸੋ ਇਫ ਐਨੀਵਨ ਵਾਂਟਸ ਮੋਰ ਇਨਫੋਰਮੇਸ਼ਨ ਉਹ ਚ ਡੀਟੇਲ ਸਾਈਟ ਹੈ ਹਫ ਮੇਲ ਸਕਦੀ ਹੈ ਹਾਂਜੀ smallbusinessbc.ca ਰਾਈਟ ਆ ਨਾਉ ਲੈਟਸ ਗੋ ਇੰਟੂ ਅ ਬੈਂਕ ਹਨਾ ਕਿ ਆਪਾਂ ਡਿਸਾਈਡ ਕਰ ਲਿਆ ਵੀ ਆਪਾਂ ਕਿਹੜਾ ਬਿਜ਼ਨਸ ਖੋਲਣਾ ਆ ਆਪ ਨੂੰ ਲੱਗਦਾ ਕਿ ਬਿਜ਼ਨਸ ਪਲਾਨ ਵੀ ਸੈਕੋਲੋਜੀ ਸਟ੍ਰੈਟਜਾਈਜ਼ ਕਰ ਲਿਆ ਹੈਗਾ ਆ ਉਹ ਆਪਣੇ ਕੋਲ ਹੈਗਾ ਆ ਨਾਉ ਕਮਸ ਦ ਹਾਰਡ ਪਾਰਟ ਰਾਈਟ ਕਿ ਲੈਟਸ ਟਾਕ ਫਾਈਨੈਂਸ ਹਨਾ ਕਿ ਤੁਸੀਂ ਜੇ ਤੁਹਾਡੇ ਕੋਲ ਬਾਈ ਚਾਂਸ ਫੰਡਸ ਹੈ ਨਹੀਂਗੇ ਬਿਜ਼ਨਸ ਸ਼ੁਰੂ ਕਰਨ ਨੂੰ ਯਾ ਤੁਹਾਡੇ ਕੋਲ ਹੈਗੇ ਆ ਪਰ ਫੇਰ ਵੀ ਤੁਹਾਨੂੰ ਆ ਵੀ ਸੀ ਬਿਜ਼ਨਸ ਅਕਾਊਂਟ ਵੀ ਖੋਲਣਾ ਪੈਣਾ ਬੈਂਕ ਦੀ ਮਦਦ ਤੋਂ ਤੁਹਾਨੂੰ ਚਾਹੀਦੀ ਆ ਹਨਾ ਸੋ ਕਿਹੜੀਆਂ ਪ੍ਰੋਡਕਟਸ ਦੀ ਲੋੜ ਹੈਗੀ ਆ ਆ ਜਿਹੜੇ ਸਮਾਲ ਬਿਜ਼ਨੈਸes ਹੈਗੇ ਆ ਕਾਸਕਾ ਕੀ ਤੋਂ ਬੈਂਕ ਦੇ ਵਿੱਚ ਜਾਂਦੇ ਆ ਕਿਹੜੀਆਂ ਕਿਹੜੀਆਂ ਮਸਟ ਹੈਵਸ ਹੈਗੀਆਂ ਯਾ ਸੋ ਸਮਾਲ ਬਿਜ਼ਨੈਸ ਵਿੱਚ ਦੋ ਪਾਰਟਸ ਹੁੰਦੇ ਨੇ ਪਹਿਲਾ ਪਾਰਟ ਤਾਂ ਹੁੰਦਾ ਜਿਹਦੇ ਵਿੱਚ ਕਿ ਓਨਰ ਆਪਣੀ ਇਕਵਿਟੀ ਦੇ ਨਾਲ ਬਿਜ਼ਨਸ ਕਰਦਾ ਜੀ ਦੂਸਰਾ ਪਾਰਟ ਹੁੰਦਾ ਜਿਹਦੇ ਵਿੱਚ ਓਨਰ ਆਪਣੀ ਇਕਵਿਟੀ ਦਾ ਕੁਝ ਪਾਰਟ ਪਾਉਂਦਾ ਕੁਝ ਪਾਰਟ ਉਹ ਬੋਰੋ ਕਰਦਾ ਬੈਂਕਸ ਤੋਂ ਸੋ ਮੈਂ ਪਹਿਲੇ ਪਾਰਟ ਦੀ ਪਹਿਲੇ ਗੱਲ ਕਰਦਾ ਜਿਹਦੇ ਵਿੱਚ 100% ਉਹ ਆਪਣੀ ਇਕਵਿਟੀ ਦੇ ਨਾਲ ਹੀ ਕੰਮ ਕਰਨਾ ਚਾਹੁੰਦੇ ਨੇ ਜੋ ਕਿ ਮੈਨੂੰ ਲੱਗਦਾ ਸਾਡੀ ਮੈਜੋਰਟੀ ਆਫ ਕਮਿਊਨਿਟੀ ਆਪਣੇ ਪੈਸੇ ਨਾਲ ਪਹਿਲਾਂ ਕੰਮ ਕਰਨਾ ਚਾਹਦੀ ਹੈ ਸੋ ਉਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਹੈ ਕਿ ਉਹਨਾਂ ਨੂੰ ਜਦੋਂ ਸਾਨੂੰ ਮਿਲਦੇ ਨੇ ਅਸੀਂ ਉਹਨਾਂ ਨਾਲ ਗੱਲ ਕਰਕੇ ਇੰਗੇਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਕਿੰਨੇ ਟ੍ਰਾਂਜੈਕਸ਼ਨਸ ਦੀ ਲੋੜ ਹੈ ਮਨთ ਵਿੱਚ ਕਿੰਨਾ ਕੁ ਪੈਸਾ ਆਏਗਾ ਜਾਏਗਾ ਔਰ ਪੈਸਾ ਆਨ ਜਾਣ ਦਾ ਮੋਡ ਕੀ ਹੋਏਗਾ ਕੀ ਉਹਨਾਂ ਦੀ ਰਿਟੇਲ ਹੈਗੀ ਆ ਕੀ ਉਹਨਾਂ ਦਾ ਹੋਲਸੇਲ ਹੈਗਾ ਹੈ ਕੀ ਉਹਨਾਂ ਦੀ ਇੰਪੋਰਟਸ ਹੈ ਕੀ ਉਹਨਾਂ ਦਾ ਐਕਸਪੋਰਟਸ ਹੈ ਸੋ ਅਸੀਂ ਉਹ ਸਾਰੀ ਚੀਜ਼ਾਂ ਨੂੰ ਕਿਟਰ ਕਰਕੇ ਉਹਨਾਂ ਨੂੰ ਫਿਰ ਇੱਕ ਅਕਾਊਂਟ ਦੱਸਦੇ ਹਾਂ ਵੀ ਤੁਹਾਡੇ ਵਾਸਤੇ ਇਹ ਸਭ ਤੋਂ ਬੈਸਟ ਅਕਾਊਂਟ ਹੈ ਤੁਸੀਂ ਇਹ ਅਕਾਊਂਟ ਚਲਾਓ ਉਹਨੂੰ ਅਸੀਂ ਕਹਿੰਦੇ ਹਾਂ ਬਿਜ਼ਨਸ ਚੈਕਿੰਗ ਅਕਾਊਂਟ ਉਹਦੇ ਵਿੱਚ ਵੇਰੀਐਂਟਸ ਹੁੰਦੇ ਨੇ ਡਿਫਰੈਂਟ ਸੋ ਸਾਡੇ ਕੋਲ ਇੱਕ ਵੇਰੀਐਂਟ ਹੈ ਜਿਹਦੇ ਵਿੱਚ ఎవਰੀਥਿੰਗ ਇਜ਼ ਫ੍ਰੀ ਫਾਰ ਥੈਮ ਜੀ ਤੇ ਉਹ ਵੇਰੀਐਂਟ ਅਸੀਂ ਫਿਰ ਉਹਨਾਂ ਨੂੰ ਗਾਈਡ ਕਰਦੇ ਹਾਂ ਸਾਰੀਆਂ ਪ੍ਰੋਜੈਕਸ਼ਨਸ ਦੇਖ ਕੇ ਨਾ ਜੀ ਸੋ ਫਿਰ ਅਗਰ ਉਹ ਇੰਪੋਰਟਸ ਕਰਦੇ ਨੇ ਐਕਸਪੋਰਟ ਕਰਦੇ ਨੇ ਫਿਰ ਉਹਨਾਂ ਨੂੰ ਅਸੀਂ ਸਾਡੀ ਸਪੈਸ਼ਲੀ ਜਿਹੜੀ ਟ੍ਰੈਜਰੀ ਡੈਸਕ ਹੈਗੀ ਅਸੀਂ ਡੈਡੀਕੇਟ ਕੀਤੀ ہوئی ਹੈ ਇੰਪੋਰਟਰਸ ਐਕਸਪੋਰਟਰਸ ਵਾਸਤੇ ਉਹ ਡਾਇਰੈਕਟ ਕਾਲ ਕਰਕੇ ਉੱਥੇ ਆਪਣਾ ਰੇਟਸ ਵਗੈਰਾ ਵੀ ਲੈਂਦੇ ਨੇ ਹਮ ਸੋ ਅਸੀਂ ਉਹ ਉਹਨਾਂ ਨੂੰ ਫਿਰ ਗਾਈਡ ਕਰਦੇ ਹਾਂ ਕਿ ਤੁਸੀਂ ਇਹਨੂੰ ਹੈਚ ਕਰ ਸਕਦੇ ਹੋ ਇਸ ਤਰ੍ਹਾਂ ਕਵਰ ਅਪ ਕਰ ਸਕਦੇ ਹੋ ਤੁਸੀਂ ਸਾਡੇ ਕੋਲੋਂ ਇੰਪੋਰਟਸ ਦੇ ਰੇਟ ਲੈ ਕੇ ਕਰ ਸਕਦੇ ਹੋ ट्रांजैक्शन ਆਪਣੀ ਉਹ ਚੀਜ਼ਾਂ ਦੱਸਦੇ ਹਾਂ ਅਸੀਂ ਫਿਰ ਉਹਨਾਂ ਨੂੰ ਅਸੀਂ ਬਿਜ਼ਨਸ ਕ੍ਰੈਡਿਟ ਕਾਰਡਸ ਬਾਰੇ ਵੀ ਦੱਸਦੇ ਹਾਂ ਜਿਦੇ ਵਿੱਚ ਨਾਰਮਲੀ ਜਿਵੇਂ ਅਸੀਂ ਪਰਸਨਲ ਕਾਰਡ ਲੈਂਦੇ ਹਾਂ ਉੱਤੇ ਬਹੁਤ ਛੋਟੀ ਅਮਾਉਂਟ ਤੇ ਹੁੰਦੀ ਹੈ 10 2000 50000 ਜੋ ਬਿਜ਼ਨਸ ਕ੍ਰੈਡਿਟ ਕਾਰਡਸ ਹੁੰਦੇ ਨੇ ਉਹ ਬੜੇ ਹਾਈ ਵੋਲਿਊਮ ਅਸੀਂ ਕਰਦੇ ਜਿਵੇਂ ਮਤਲਬ 500000 ਤੱਕ ਵੀ ਕਰਦੇ ਆ ਜੀ ਸੋ ਉਹ ਇੱਕ ਹੈ ਫਿਰ ਅਗਰ ਉਹਨਾਂ ਦਾ ਰੀਟੇਲ ਟ੍ਰੇਡ ਹੈ ਜਿਵੇਂ ਕਿ ਕੋਈ ਪੀਜ਼ਾ ਸ਼ਾਪ ਖੋਲ ਰੇ ਨੇ ਜਾਂ ਬੇકરી ਖੋਲ ਰੇ ਨੇ ਜਾਂ ਜਿਵੇਂ ਕਿ ਟੈਕਸੀ ਬਿਜ਼ਨਸ ਹੈ ਸੋ ਉਹਦੇ ਵਿੱਚ ਉਹਨੂੰ ਪੁਆਇੰਟ ਆਫ ਸੇਲ ਮਸ਼ੀਨ ਚਾਹੀਦੀ ਜਿੱਥੇ ਆ ਕੇ ਕਸਟਮਰ ਟੈਪ ਕਰਦਾ ਨਹੀਂ ਪੀਓਐਸ ਲਈ ਜੇ ਫਿਰ ਉਹ ਮਸ਼ੀਨਸ ਵਗੈਰਾ ਲਿੰਕ ਕਰਵਾਨੇ ਆਪ ਉਹ ਇਨਸਟਾਲ ਕਰਵਾਨੇ ਉਹਨਾਂ ਦੇ ਉਹੀ ਬਿਜ਼ਨਸ ਅਕਾਊਂਟ ਦੇ ਨਾਲ ਲਿੰਕੇਜ ਹੁੰਦੀ ਆ ਸੋ ਇਹ ਕੁਝ ਚੀਜ਼ਾਂ ਹੈਗੇ ਨੇ ਫਿਰ ਉਹਨਾਂ ਆਨਲਾਈਨ ਬੈਂਕਿੰਗ ਬਾਰੇ ਦੱਸਦੇ ਆ ਉਹ ਆਪਣੇ ਐਕਸੈਪਟ ਕੈਸ਼ ਡਿਪੋਜ਼ਿਟ ਉਹ ਹਰ ਚੀਜ਼ ਆਪਣੇ ਅਕਾਊਂਟ ਦੀ ਆਨਲਾਈਨ ਦੇ ਥਰੂ ਕਰ ਸਕਦੇ ਨੇ ਸੋ ਇਸ ਤਰ੍ਹਾਂ ਦੀ ਬੈਂਕਿੰਗ ਹੈਗੀ ਆ ਹੁਣ ਮੈਂ ਦੂਸਰੇ ਪਾਰਟ ਦੀ ਗੱਲ ਕਰਦਾ ਜਿਹਦੇ ਵਿੱਚ ਉਹਨਾਂ ਨੂੰ ਇਕਵਿਟੀ ਆਪਣੀ ਕੁਝ ਪਾਣੀ ਔਰ ਕੁਝ ਬੈਂਕ ਕੋਲੋਂ ਚਾਹੀਦਾ ਉਹਨਾਂ ਨੂੰ ਸੋ ਇਹਦੇ ਵਿੱਚ ਗਵਰਨਮੈਂਟ ਦੀ ਸਪੋਰਟ ਹੈਗੀ ਹੈ ਸੀਐਮਐਚਸੀ ਦੇ ਥਰੂ ਉਹ ਲੈ ਸਕਦੇ ਨੇ ਉਹ ਦੂਸਰਾ ਅਸੀਂ ਉਹਨਾਂ ਨੂੰ ਗਾਈਡ ਕਰ ਸਕਦੇ ਹਾਂ ਕਿ ਹੋਰ ਇਕਵਿਟੀ ਰੇਸ ਕਿਵੇਂ ਹੋ ਸਕਦੀ ਹੈ ਸੋ ਉਹਦੇ ਥਰੂ ਉਹ ਕਰ ਸਕਦੇ ਆ ਜਿਵੇਂ ਕਿ ਕੁਝ ਤਰੀਕੇ ਸਾਡੇ ਕੋਲ ਲੱਗੇ ਨੇ ਜਿਵੇਂ ਲੀਜ਼ ਕਰਨਾ ਹੈ ਅਗਰ ਕਿਸੇ ਨੇ ਕੋਈ ਟਰਕਿੰਗ ਟਰਕਿੰਗ business ਸਟਾਰਟ ਕਰਨਾ ਤਾਂ ਉਹਨੂੰ ਲੀਜ਼ ਕਰਾਉਣਾ ਹੈ ਜਾਂ ਫਾਈਨਾਂਸ ਕਰਾਉਣਾ ਹੈ ਉਹ ਚੀਜ਼ਾਂ ਅਸੀਂ ਗਾਈਡ ਕਰ ਸਕਦੇ ਹਾਂ ਕੋਈ ਵੀ ਇਕਵਿਪਮੈਂਟ ਫਾਈਨਾਂਸ ਹੋ ਗਿਆ ਜਾਂ So, मतलब एक कुछ चीजें है जो मतलब फिर बिजनेस टू तो बिजनेस उन्होंने mm -hmm. गाइड कर सकते हैं कि इस तरह तो कर ग्रेट सो आई यू नो आई थिंक दैट्स द मेन थिंग इज जो ब्रेक तो पहला गल की ਏਦੇ ਸਤ ਤੁਸੀਂ ਯੂ نو ਹਲਪ ਕਰਦੇ ਆ ਯੂ نو ਵਨ ਸੰਬਦੀ ਵਾਕਸ ਥਰੂ ਦ ਡੋਰ ਤੁਸੀਂ ਉਹਨਨੂੰ ਗਾਈਡ ਕਰਨਾ ਆਬਸਲੀ ਯੂਨ ਆ ਦੇ ਪ੍ਰੋਜੈਕਸ਼ਨਸ ਉਹਨਾਂ ਦਾ ਬਿਜ਼ਨਸ ਪਲਾਨ ਤੁਸੀ ਵੇਖਣਾ ਇੱਕ ਗੱਲ ਮੈਂ ਤੁਹਾਡੇ ਬਾਰੇ ਪੁੱਛਣਾ ਚਾਹੂੰਗੀ ਮੇਰੇ ਵਾਸਤੇ ਵੀ ਇਹ ਨਿਊ ਆ ਕ੍ਰੈਡਿਟ ਯੂਨੀਅਨ ਡਿਪੋਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ ਆਫ bc ਵੱਲੋਂ ਕੋਈ ਇੰਸ਼ੋਰੈਂਸ ਵੀ ਆ ਫॉर ਕੀਪਿੰਗ ਡਿਪੋਜ਼ਿਟਸ ਇਹਦੇ ਬਾਰੇ ਥੋੜਾ ਜਿਹਾ ਦੱਸੋ ਹਾਂਜੀ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿਉਂਕਿ ਇਹ ਮੈਨੂੰ ਲੱਗਦਾ ਕਿ ਸਾਡੀ ਕਮਿਊਨਿਟੀ ਵਿੱਚ ਬਹੁਤ ਲੋਕਾਂ ਨੂੰ ਨਹੀਂ ਪਤਾ ਕਿ ਜੋ ਡਿਪੋਜ਼ਿਟ ਉਹ ਬੈਂਕ ਵਿੱਚ ਰੱਖਦੇ ਨੇ ਜੀ ਜਾਂ ਕ੍ਰੈਡਿਟ ਯੂਨੀਅਨਸ ਵਿੱਚ ਰੱਖਦੇ ਨੇ ਉਹ ਇਨਸ਼ੋਰਡ ਹੁੰਦਾ ਹਮਮ ਫਰਕ ਸਿਰਫ ਇਹਦਾ ਹੈ ਕਿ ਬੈਂਕ ਵਿੱਚ ਜੋ ਉਹ ਪੈਸਾ ਰੱਖਦੇ ਨੇ ਉਹ ਕੁਝ ਲਿਮਿਟਿਡ ਅਮਾਉਂਟ ਤੱਕ ਹੁੰਦਾ ਹੈ ਔਰ ਜੋ ਕ੍ਰੈਡਿਟ ਯੂਨੀਅਨਸ ਹੈ ਇਹ ਸਾਡੀ ਬੀਸੀ ਗਵਰਨਮੈਂਟ ਨੇ ਫਾਰਮ ਕੀਤੀ ਹੈ ਕਿਉ ਡਿਕ ਕਹਿੰਦੇ ਸੀ ਕ੍ਰੈਡਿਟ ਇਹ 100% ਡਿਪੋਜ਼ਿਟ ਨੂੰ ਇਨਸ਼ੋਰ ਕਰਦੀ ਹੈ ওকে ਸੋ ਕੱਲ ਨੂੰ ਕ੍ਰੈਡਿਟ ਯੂਨੀਅਨਸ ਨੂੰ ਕੁਝ ਵੀ ਹੋ ਜਾਏ ਸੋ ਗਵਰਨਮੈਂਟ ਇਜ਼ देयर ਟੂ ਗਿਵ दैट ਸਪੋਰਟ दैट ਇੰਸ਼ੋਰੈਂਸ ਸੋ ਇਹ ਸਭ ਤੋਂ ਵੱਡਾ ਇੱਕ ਮਤਲਬ ਕਹਿ ਲਓ ਕਿ ਆਪਣੇ ਮਨ ਨੂੰ ਕੰਫਰਟ ਹੈ ਕਿ ਸਾਡਾ ਪੈਸਾ ਸੇਫ ਪਿਆ ਹੋਇਆ ਰਾਈਟ ਐਂਡ ਥਿਸ ਇਜ਼ ਓਨਲੀ ਇਨ ਕ੍ਰੈਡਿਟ ਯੂਨੀਅਨਸ ਆਟ ది ਐਂਡ ਥਿਸ ਇਜ਼ ਓਨਲੀ ਇਨ ਕ੍ਰੈਡਿਟ ਯੂਨੀਅਨਸ ਬੈਂਕਸ ਵਿੱਚ ਨਹੀਂ ਬੈਂਕਸ ਵਿੱਚ ਵੀ ਹੈਗਾ ਬਟ ਬੈਂਕਸ ਵਿੱਚ ਅਪ ਟੂ 200000 ਯਾ 250000 ਤੱਕ ਯਾ ਗ੍ਰੇਟ ਅਮ ਇਨ ਦੀ ਐਂਡ ਅਸੀ ਥੋਟ ਕਿ ਬੜੀ ਫੇਰ ਤਾ ਦੋ ਸਮਰੀ ਲਵਾਂਗੇ ਐਂਡ ਜੇ ਥੋੜੇ ਜੇ ਫਿਊਚਰ ਟ੍ਰੈਂਡਸ ਯਾ ਤੁਸੀਂ ਕੀ ਵੇਖਦੇ ਆ ਬੈਂਕਿੰਗ ਸਰਵਿਸਿਜ਼ ਫਾਰ স্মਲ ਬਿਜ਼ਨੈਸਸ ਬਟ ਵਕਤ ਆ ਇੱਕ ਛੋਟੀ ਜੀ ਬ੍ਰੇਕ ਤਾਂ ਅਮਰ ਕੋਈ ਕਿਸੇ ਦਾ ਸਮਾਲ ਬਿਜ਼ਨਸ ਹੋਵੇ ਐਂਡ ਕੋਈ ਅਨਐਕਸਪੈਕਟਡ ਚੈਲੰਜ ਜਾਂ ਫਿਰ ਡਿਜ਼ਾਸਟਰ ਆਜਵੇ ਹਨਾ ਇਹਦੇ ਵਿੱਚ ਤੁਹਾਡਾ ਕੀ ਰੋਲ ਆ ਹਾਊ ਡੂ ਯੂ ਹੈਲਪ ਅ ਸਮਾਲ ਬਿਜ਼ਨਸ ਹਾਂਜੀ ਬੈਂਕਿੰਗ ਵਿੱਚ ਅਸੀਂ ਪਿੱਛੇ ਦੇਖਿਆ ਇਹ ਹੈ ਕਿ ਆਫਟਰ ਪੈਂਡੈਮਿਕ ਬਹੁਤ ਦਿੱਕਤ ਆਈ ਹੈ ਸਮਾਲ ਬਿਜ਼ਨੈਸਸ ਨੂੰ ਉਹਨਾਂ ਨੂੰ ਬਹੁਤ ਹੈਲਪ ਦੀ ਜ਼ਰੂਰਤ ਸੀਗੀ ਸੋ ਗਵਰਨਮੈਂਟ ਨੇ ਆਪਣੇ ਲੈਵਲ ਤੇ ਬਹੁਤ ਸਪੋਰਟ ਕੀਤੀ ਹੈ ਗਵਰਨਮੈਂਟ ਕਿਉਂਕਿ ਆਪ ਤਾਂ ਕਰਦੀ ਨਹੀਂ ਮਤਲਬ ਥਰੂ ਬੈਂਕਸ ਉਹ ਡਾਇਰੈਕਟ ਕਰਦੀ ਹੈ ਸੋ ਬੈਂਕਸ ਅਗੇ ਫੇਸ ਹੁੰਦੇ ਨੇ ਔਰ ਅਸੀਂ ਵੀ ਆਪਣੇ ਮੈਂਬਰਸ ਨੂੰ ਥਰੂ ਸੀਬਾ ਥਰੂ ਸਭ ਸਾਰੇ ਲੋਨ ਜਿਸ ਤਰ੍ਹਾਂ ਜਿਸ ਤਰ੍ਹਾਂ ਦੀ ਗਵਰਨਮੈਂਟ ਸਪੋਰਟ ਆਈ ਹੈ ਅਸੀਂ ਦਿੱਤੀ ਹੈ ਬਾਕੀ ਮਨ ਰੱਖਦਾ ਅਗਰ ਹੋਰ ਵੀ ਕਿਸੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਹਨੂੰ ਆਪਣੇ ਬੈਂਕ ਨਾਲ ਗੱਲ ਕਰਨੀ ਚਾਹੀਦੀ ਹੈ ਜਿਸ ਬੈਂਕ ਨਾਲ ਵੀ ਉਹ ਡੀਲ ਕਰ ਰਿਹਾ ਜਿੱਥੇ ਵੀ ਉਹ ਕੰਮ ਕਰ ਰਹੇ ਨੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਉਹ ਦੱਸ ਸਕਦੇ ਨੇ ਬੈਟਰ ਕਿ ਇਸ ਵੇਲੇ ਉਹਨਾਂ ਵਾਸਤੇ ਕਿਹੜਾ ਬੈਸਟ ਸੋਲੂਸ਼ਨ ਅਵੇਲੇਬਲ ਹੈਗਾ ਕਿਹੜੀ ਗਵਰਨਮੈਂਟ ਦੀ ਸਪੋਰਟ ਹੈ ਜਿਸ ਦੇ ਵਿੱਚ ਉਹ ਅਪਲਾਈ ਕਰ ਸਕਦੇ ਹੈ ਜਾਂ ਹੈਲਪ ਲੈ ਸਕਦੇ ਹੈ ਇਦੇ ਵਿੱਚ ਮੈਂ ਆਪਣੀ ਇੱਕ ਚੀਜ਼ ਹੋਰ ਦੱਸਣਾ ਚਾਹਾਂਗਾ ਕਿ ਗਵਰਨਮੈਂਟ ਨੇ ਫਿਕਸਡ ਪੈਰਾਮੀਟਰਸ ਰੱਖੇ ਹੁੰਦੇ ਨੇ ਬੈਂਕਸ ਨੂੰ ਆਪਰੇਟ ਕਰਨ ਵਾਸਤੇ ਉਚਾਈ ਸਾਡੀ ਕ੍ਰੈਡਿਟ ਯੂਨੀਅਨ ਆ ਜਾਂ ਕੋਈ ਵੀ ਬੈਂਕ ਹੈ ਸੋ ਅਸੀਂ ਉਸ ਫਰੇਮਵਰਕ ਦੇ ਅੰਦਰ ਹੀ ਕੰਮ ਕਰ ਸਕਦੇ ਹਾਂ ਉਸ ਫਰੇਮਵਰਕ ਤੋਂ ਬਾਹਰ ਅਸੀਂ ਨਹੀਂ ਕਰ ਸਕਦੇ ਸੋ ਗਵਰਨਮੈਂਟ ਜਦੋਂ ਲਕਡਾਊਨਾਂ ਨੂੰ ਕਿ ਬਈ ਕੋਈ ਸੈਗਮੈਂਟ ਜਾਂ ਕੋਈ ਬਿਜ਼ਨਸ স্মਲ ਬਿਜ਼ਨਸ ਲਾਰਜ ਬਿਜ਼ਨਸ ਕੋਈ ਵੀ ਇੰਪੈਕਟ ਹੋਇਆ ਸੋ ਉਹ ਸਾਨੂੰ ਹਦਾਇਤਾਂ ਦਿੰਦੇ ਨੇ ਕਿ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਪਰ ਜਦ ਤੱਕ ਸਾਨੂੰ ਕਸਟਮਰ ਅਪਰੋਚ ਨਹੀਂ ਕਰਦਾ ਤਾਂ ਤੱਕ ਸਾਨੂੰ ਵੀ ਪਤਾ ਨਹੀਂ ਹੁੰਦਾ ਕਿ ਉਹ ਉਸ ਪ੍ਰੋਬਲਮ ਨੂੰ ਫੇਸ ਕਰ ਰਿਹਾ ਹੈ ਨਹੀਂ ਸੋ ਮੇਰੀ ਤਾਂ ਇਹ ਸੁਜੈਸ਼ਨ ਹੈ ਵੀ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈ ਸੋ ਆਪਣੇ ਬੈਂਕ ਦੇ ਨਾਲੋਂ ਗੱਲ ਕਰੇ ਉਹ ਸੋਲੂਸ਼ਨ ਮਿਲਨੇਗਾ ਉਸ ਜੀ ਸੋ ਯੂ ਕੈਨ ਡੈਫਨਿਟਲੀ ਡਾਇਰੈਕਟ them ਇਨ ਦ ਰਾਈਟ ਡਾਇਰੈਕਸ਼ਨ ਹਨਾ ਇਹ ਜੀਸ ਬੋ ਜ਼ਰੂਰੀ ਹੈ ਕਿ ਸਾਨੂੰ ਪਤਾ ਹੋਵੇ ਕਿ ਸਟੇਟ ਸਰਕਾਰਾਂ ਕਿਹੜੀ ਗਵਰਨਮੈਂਟ ਸਪੋਰਟ ਹੈਗੀ ਜੇ ਕੋਈ ਇਹੋ ਜਿਹੇ ਚੈਲੰਜਸ ਫੇਸ ਕਰ ਰਿਹਾ ਅ ਕੀਰਦੇ ਵਿੱਚ ਆਪਾਂ ਗੱਲ ਕਰਦੇ ਹਾਂ ਅੰਟਰਪ੍ਰੇਨਿਅਰਸ ਬਹੁਤ ਆ ਜਿਹੜੇ ਈਗਰ ਬਹੁਤ ਹੈਗੇ ਆ ਕਿ ਅਸੀਂ ਆਪਣਾ ਬਿਜ਼ਨਸ ਸ਼ੁਰੂ ਕਰੀਏ ਆ ਪੈਂਡੈਮਿਕ ਨੂੰ ਲੈ ਕੇ ਉਸ ਤੋਂ ਬਾਅਦ ਹੁਣ ਥੋੜਾ ਜਿਹਾ ਆਪਣੇ ਪੈਰਾਂ ਤੇ ਖੜੇ ਹੋਏ ਆ ਇਨਫਲੇਸ਼ਨ ਸਾਨੂੰ ਦਿੱਸਦੀ ਹੈ ਇੰਟਰਸਟ ਜਿਹੜੀ ਰੇਟ ਸੇ ਉਹ ਵੀ ਸਾਨੂੰ ਦਿੱਸਦੇ ਪਰ ਕਿਤਨੇ ਕਿਤੇ ਯੂ نو ਦੇਰ ਈ basically on uh, juri support the services yeah a to z ਜਿਹੜੀ ਉਹਨਾਂ ਨੂੰ ਚਾਹੀਦੀਆਂ ਦੇਖਣ ਖਾਮ ਦੇਖਣ ਡੀਲ ਵਿਦ ਯੂ ਐਂਡ ਕੀ ਸਭ ਤੋਂ ਜ਼ਰੂਰੀਆ ਵਨ ਯੂ ਆਰ ਫਸਟ ਸਟਾਰਟਿੰਗ ਅੰਜੂ ਸੋ ਇਹਦੇ ਵਿੱਚ ਮੈਂ ਆਪਣੇ ਬਾਰੇ ਇਹ ਦੱਸ ਸਕਦਾ ਕਿ ਸਾਡੇ ਜਿਹੜੇ ਬ੍ਰਾਂਚ ਮੈਨੇਜਰ ਸੇਖੇ ਨੇ ਉਹ ਇੰਨੇ ਕ ਇਕਵਿਪਨੇ ਇੰਨੇ ਐਕਸਪੀਰੀਅੰਸ ਦੇ ਕੇ ਨੇ ਕਿ ਕੋਈ ਵੀ ਬੰਦਾ ਜਦੋਂ ਸਾਡੀ ਬ੍ਰਾਂਚ 'ਚ ਵਾਕ ਇਨ ਕਰਦਾ ਸੋ ਉਹਨੂੰ ਬੈਠ ਕੇ ਉਹ ਲੋਕ ਸਮਝਦੇ ਨੇ ਵੀ ਉਹਨੂੰ ਕੀ ਬਿਜ਼ਨਸ ਦੀ ਕਿਹੜੀ ਰਿਕੁਆਇਰਮੈਂਟ ਹੈ ਸੋ ਅਕੋਰਡਿੰਗਲੀ ਉਹ ਸਾਨੂੰ ਵਿੱਚ ਇਨਵੋਲਵ ਕਰਦੇ ਨੇ ਡੀਲ ਦੇ ਸੋ ਅਸੀਂ ਐਂਡ ਟੂ ਐਂਡ ਸਮਝਦੇ ਆ ਕਿ ਉਹਨਾਂ ਨੂੰ ਪਰਸਨਲ ਲੈਵਲ ਤੇ ਕੀ ਰਿਕੁਆਇਰਮੈਂਟ ਹੈ ਰੈਜ਼ੀਡੈਂਸ਼ੀਅਲ ਵਿੱਚ ਕੀ ਰਿਕੁਆਇਰਮੈਂਟ ਹੈ ਕਮਰਸ਼ੀਅਲ ਵਿੱਚ ਕੀ ਰਿਕੁਆਇਰਮੈਂਟ ਹੈ ਔਰ ਓਵਰਆਲਿਕ ਪੈਕੇਜ ਬਣਾ ਕੇ ਉਹਨਾਂ ਨੂੰ ਅਸੀਂ ਦੇਣ ਦੀ ਕੋਸ਼ਿਸ਼ ਕਰਦੇ ਆ ਸੋ ਥੈਟ ਉਹਨਾਂ ਦਾ ਸਮੂਥ ਬਿਜ਼ਨਸ ਚੱਲੇ ਅਗਰ ਉਹਨਾਂ ਨੂੰ ਆਪਣੇ EMPLOYEES ਵਾਸਤੇ ਚਾਹੀਦਾ ਸੀ ਉਹ ਅਕਾਊਂਟ ਦਿੰਦੇ ਆ ਅਗਰ ਉਹਨਾਂ ਨੂੰ IMPOR T EXPORT ਵਾਸਤੇ ਚਾਹੀਦਾ ਸੀ ਉਹ ਉਹਨਾਂ ਨੂੰ ਦਿੰਦੇ ਆ ਕ੍ਰੈਡਿਟ ਕਾਰਡ ਸੇ ਦੇ ਦਿੰਦੇ ਨੇ ਉਹ ਦਿੰਦੇ ਆ ਪੁਆਇੰਟ ਆਫ ਸੇਲ ਚਾਹੀਦਾ ਉਹ ਦਿੰਦੇ ਆ ਅਗਰ ਉਹਨਾਂ ਨੂੰ ਕੋਈ ਲੀਜ਼ਿੰਗ ਕਰवानी ਹੈ ਕੋਈ ਫਾਈਨਾਂਸਿੰਗ ਕਰਾਨੀ ਹੈ ਇਕਵਿਪਮੈਂਟਸ ਹੀ ਉਹ ਦਿੰਦੇ ਆ ਜਿਸ ਤਰ੍ਹਾਂ ਦੀ ਜਿਹਦੀ ਜੋ ਰਿਕੁਆਇਰਮੈਂਟ ਐ ਸੀ ਉਸ ਤਰ੍ਹਾਂ ਦੀ ਫੁਲਫਿਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਉਹਨਾਂ ਨੂੰ ਇੱਕ ਹੀ ਜਗ੍ਹਾ ਤੇ ਸਾਰੇ ਸੋਲੂਸ਼ਨ ਮਿਲਣ ਔਰ ਜਿਸ ਆਸ ਨਾਲ ਆਏ ਨੇ ਅਸੀਂ ਕੋਸ਼ਿਸ਼ ਕਰਦੇ ਆਂ ਆਸ ਉਹਨਾਂ ਦੀ ਪੂਰੀ ਹੋ ਸਕੇ ਕਿਉਂਕਿ ਇੱਕੋ ਹੀ ਚੀਜ਼ ਸਾਨੂੰ ਵੀ ਸਮਝ ਆਉਂਦੀ ਹੈ ਕਿ ਸਾਡੇ ਕਸਟਮਰਸ ਦੇ ਨਾਲ ਸਾਡੇ ਮੈਂਬਰਸ ਦੇ ਨਾਲ ਸਾਡੀ ਗਰੋਥ ਲਿੰਕਡ ਹੈ ਅਗਰ ਉਹ ਗਰੋ ਕਰਨਗੇ ਤੇ ਅਸੀਂ ਵੀ ਨਾਲ ਗਰੋ ਕਰਾਂਗੇ ਇਨਡੀਡ ਇਨਡੀਡ ਐਂਡ ਸਾਡੀ ਇਕਨੋਮੀ ਵੀ ਉਹਨਾਂ ਨਾਲ ਹੀ ਗਰੋ ਹੁੰਦੀ ਆ ਅਗੇਨ ਇੱਕ ਇਹਦੇ ਵਿੱਚ ਜਿਹੜਾ ਵੈਬਸਾਈਟ ਸੀ ਤੁਸੀਂ ਕੋਟ ਕੀਤਾ ਸੀਗਾ ਜਿਹੜਾ ਸਰਕਾਰਾਂ ਵੱਲੋਂ ਬਹੁਤ ਵਧੀਆ ਵੈਬਸਾਈਟ ਹੈਗਾ ਫॉर ਪੋਟੈਂਸ਼ੀਅਲੀ ਨਿਊ ਸਮਾਲ ਬਿਜ਼ਨੈਸਸ ਔਰ ਓਨਰਸ ਉਹ ਫੇਰ ਇੱਕ ਵਾਰੀ ਸਾਡੇ ਜਿਹੜੇ ਲਿਸਨਰਸ ਨੇ ਉਹਨਾਂ ਨੂੰ ਦੱਸਿਓ ਹਾਂਜੀ ਉਹ ਵੈਬਸਾਈਟ ਹੈਗੀ ਹੈ www.smallbusinessbc.ca www.smallbusinessbc.ca ਇਸੇ ਜਾ ਕੇ ਤੁਸੀਂ এডਿਕੇਸ਼ਨ ਵਿੱਚ ਕਰ ਸਕਦੇ ਹੋ ਤੁਹਾਨੂੰ ਉਹਦੇ ਵਿੱਚ ਸਾਰਾ ਡਿਟੇਲ ਮਿਲ ਜਾਏਗੀ ਗ੍ਰੇਟ ਗ੍ਰੇਟ ਅ ਤੁਸੀਂ ਅੱਜ ਟਾਈਮ ਕੱਢ ਕੇ ਆਪਣੀ ਬਿਜ਼ੀ ਸਕੇਡਿਊਲ ਦੇ ਵਿੱਚ ਇੱਥੇ ਸਾਡੇ ਕੋਲ ਪਹੁੰਚੇ ਆ ਸਾਨੂੰ ਅਕਟੋਬਰ ਦੇ ਬਿਜ਼ਨਸ ਮੰਥ ਬਾਰੇ ਐਜੂਕੇਟ ਕੀਤਾ ਸਮਾਲ ਬਿਜ਼ਨਸਸ ਬਾਰੇ ਐਜੂਕੇਟ ਕੀਤਾ ਯੂ ਨੋ ਆਈ ਥਿੰਕ ਇਟਸ ਰੀਲੀ ਵੈਲਿਊਬਲ ਇਨਫੋਰਮੇਸ਼ਨ ਖਾਸ ਕਰਕੇ ਸਾਡੇ ਜਿਹੜੇ ਨੌਜਵਾਨ ਜਿਹੜੀ ਪੀੜ੍ਹੀ ਇੱਥੇ ਪਹੁੰਚੀ ਹੋਈ ਆ ਜਿਹੜੇ ਚਾਹੁੰਦੇ ਆ ਵੀ ਅਸੀਂ ਯੂ ਨੋ ਕਿਸੇ ਥੱਲੇ ਨਾ ਕੰਮ ਕਰੀਏ ਅਸੀਂ ਆਪਣਾ ਕੋਈ ਬਿਜ਼ਨਸ ਅਸੀਂ ਕੋਈ ਸਟ੍ਰਾਈਡ ਲਈ ਉਹਦੇ ਵਿੱਚ ਸੋ ਇਟਸ ਰੀਲੀ ਰੀਲੀ ਇੰਪੋਰਟੈਂਟ ਕਿਸੇ ਨੇ ਤੁਹਾਨੂੰ ਸੰਪਰਕ ਕਰਨਾ ਹੋਵੇ ਵਾਟ ਇਜ਼ ਦ ਬੈਸਟ ਨੰਬਰ ਟੂ ਰੀਚ ਯੂ ਆਟ ਹਾਂਜੀ ਮੇਰਾ ਨੰਬਰ ਹੈਗਾ 604 6045072351 ਐਂਡ ਯੂ نو ਕਿਉਂ ਜ਼ਰੂਰੀ ਆ ਸਾਡੇ ਜਿਹੜੇ ਖਾਸ ਕਰਕੇ ਜਿਹੜੇ ਸਾਡਾ ਪੰਜਾਬੀ ਭਾਈ ਜਿਹੜਾ ਜਿਹੜੀ ਸਾਡੀ ਸਿੱਖ ਕਮਿਊਨਿਟੀ ਹੈਗੀ ਵਾਈ ਸ਼ੁੱਡ ਵੀ ਸਪੋਰਟ ਸਮਾਲ ਬਿਜ਼ਨੈਸਸ ਸੋ ਸਮਾਲ ਬਿਜ਼ਨੈਸ ਨੂੰ ਸਪੋਰਟ ਕਰਨਾ ਜ਼ਰੂਰੀ ਇਸ ਕਰਕੇ ਵੀ ਹੈ ਦੇਖੋ ਬੈਕਬੋਨ ਤਾਂ ਹੈ ਹੀ ਹੈ ਸਾਡੀ 98% এমਪਲੋਇਮੈਂਟ ਇਨਾ ਕੋਲੀ ਹੈ ਦੂਸਰੀ ਚੀਜ਼ ਹੈ ਕਿ ਸਾਡੀ ਕਮਿਊਨਿਟੀ ਜਿਹੜੀ ਹੈ ਉਹ ਇੰਨੀ ਕੁ ਮੋਟੀਵੇਟਿਡ ਹੈ ਇਨ ਟਰਮਸ ਅਸੀਂ ਖਾਲੀ ਕੈਨੇਡਾ ਦੀ ਗੱਲ ਨਹੀਂ ਕਰ ਸਕਦੇ ਐ ਕ੍ਰਾਸ ਵਰਲਡ ਦੇਖ ਸਕਦੇ ਆ ਕਿ ਪੰਜਾਬੀ ਕਮਿਊਨਿਟੀ ਨੇ ਹਰ ਜਗ੍ਹਾ ਜਾ ਕੇ ਆਪਣਾ ਨਾਮ ਬਣਾਇਆ ਆਪਣੀ ਪਛਾਣ ਬਣਾਈ ਹੈ ਆਪਣੀ ਜਗ੍ਹਾ ਬਣਾਈ ਹੈ ਸੋ ਇਸ ਕਰਕੇ ਇਹਨਾਂ ਨੂੰ ਹਲਾਸ਼ੇਰ ਦੀ ਲੋੜ ਹੈਗੀ ਆ thodi ji sade valo mil jata mainu lagda bahut agge sadi community grow kar sakdi 100% indeed indeed great words and mainu vi lagda ke sanu saryanu jinna ek assi support kar sakde we all need to go out and support and you know apa haran ho jange how much we actually enjoy supporting those small businesses so jitda tusi kya sega halla sheri sanu den di lod and mera kal jeda vi koi sochda sega aj ke assi apna business shuru this is your sign so you heard the show today go out there and uh, you know make moves in that in that uh, world that you want to be in mm -hmm. again asitan wat karna chahunde hai punjab di team and to see time cut gaya jitthe ponche and we look forward to having you back soon thank you so much thank you shire punjab thank you toda